ਇੱਥੇ ਜਿੰਨੇ ਵੀ ਮਤਲਬ ਮੱਛੀ ਮੀਟ ਦਾਰੂ ਨਗੇਜਪਣ ਬਹੁਤ ਗੰਦ ਪਿਆ ਵਾ ਸੀ। ਮਤਲਬ ਜੇ ਕੋਈ ਜਨਾਨੀ ਵਿੱਚ ਵੜ ਗਈ ਨਾ ਭੀੜ 'ਚ ਉਹ ਨਿਕਲ ਨਹੀਂ ਸਕਦੀ ਸੀ, ਇੰਨਾ ਹਾਲ ਸੀ। ਕਈ ਵਾਰ ਤਾਂ ਇਹ ਦੇਖਣਾ ਵੀ ਦਸ ਦਸ ਕਰਮਾ ਮੁੰਡੇ ਚੱਕੀ ਚਲੇ ਜਾਂਦੇ ਸੀ, ਕੋਈ ਨਹੀਂ ਸਮਝਦਾ ਸੀ ਵੀ ਇਹ ਜੋੜ ਮੇਲਾ ਕੀ ਹੈ। ਹੁਣ ਇਹ ਚੀਜ਼ ਦੱਸਦਾ ਡੀਸੀ ਸਾਹਿਬ ਆਏ ਜੀ, ਉਹਨਾਂ ਨੇ ਬਹੁਤ ਵੱਡਾ ਆਲੂਵਾਲੀਆ ਤੇ ਉਹਨਾਂ ਨੇ ਬਹੁਤ ਵੱਡਾ ਕੀਤਾ। ਜਿਹੜੇ ਆਮ ਡੀਜੇ ਲਾਉਂਦੇ ਸੀ, ਸਪੀਕਰ ਲਾਉਂਦੇ ਸੀ ਤੇ ਜਿਹੜੀਆਂ ਆਮ ਦੁਕਾਨਾਂ ਲਾਉਂਦੇ ਸੀ, ਇਹਨਾਂ ਤੇ ਬਹੁਤ ਪ੍ਰਭਾਵ ਪਾਇਆ ਉਹਨਾਂ ਨੇ ਤੇ ਉਹਨਾਂ ਨੇ ਬਹੁਤ ਸਿੱਖੀ ਕੰਨੀ ਧਿਆਨ ਦਿੱਤਾ ਡੀਸੀ ਸਾਹਿਬ ਨੇ। ਇਹ ਉਦੋਂ ਤੋਂ ਕੋਈ ਨਾ ਕੋਈ ਸੁਧਾਰ ਹੋਇਆ। ਮੇਨ ਚੀਜ਼ ਤਾਂ ਆਪਣੇ ਕੋਲ, ਜੇ ਆਪਣੇ ਕੋਲ ਫਰੰਟ 'ਤੇ ਕੋਈ ਚੀਜ਼ ਹੈ ਆਪਾਂ ਨੂੰ ਤਾਂ ਹੀ ਪਤਾ ਲੱਗੂ। ਆਪਾਂ ਨੂੰ ਕਿਤਾਬਾਂ ਵਿੱਚ ਪੜ੍ਹਨ ਤੋਂ ਗੱਲ ਨਹੀਂ ਬਣਨੀ ਆਪਾਂ ਨੂੰ, ਇਹਨਾਂ ਨੇ ਉਹ ਚੀਜ਼ਾਂ ਖਤਮ ਕਰ ਦੇਣੀਆਂ। ਅਸੀਂ ਬੱਚਿਆਂ ਨੂੰ ਕੀ ਦੱਸਾਂਗੇ, ਸਾਡੇ ਕੋਲ ਤਸਵੀਰਾਂ ਨੇ, ਆਹ ਤਸਵੀਰ ਹੈ, ਪਰ ਐਕਚੁਅਲ ਜਿਹੜੀ ਉਹ ਚੀਜ਼ ਹੋਣੀ ਚਾਹੀਦੀ ਸੀ ਉਹ ਨਹੀਂ ਹੈ। ਮੈਂ ਜੀ ਤਕਰੀਬਨ 73-74 'ਚ ਗੁਰਦੁਆਰਾ ਸਾਹਿਬ 'ਚ ਸੇਵਾ ਕਰਦਾ ਰਿਹਾ ਜੀ, ਇਮਾਰਤ ਕਮੇਟੀ 'ਚ ਜੀ ਜੀ। ਉਸ ਸਮੇਂ ਤਕਰੀਬਨ ਜਿਹੜਾ ਠੰਡੇ ਬੁਰਜ ਦਾ ਪੁਰਾਣਾ ਸਰੂਪ ਹੈਗਾ ਸੀ, ਉਸ ਤੋਂ ਬਾਅਦ ਫਿਰ ਹੌਲੀ ਹੌਲੀ ਕਦੇ ਇੱਕ ਵਾਰੀ ਕਦੇ ਦੋ ਵਾਰੀ ਤਕਰੀਬਨ ਫਿਰ ਚੇਂਜ ਹੋ ਗਈ। ਸਭ ਤੋਂ ਪਹਿਲਾਂ ਦਾ ਨਾਂ ਜਿਹੜੀ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਡਬਲ ਚਾਰ ਦੁਆਰੀ ਸੀ, ਇੱਕ ਤਾਂ ਬਿਲਕੁਲ ਨਾਲ ਸੀ, ਇੱਕ ਜਿੱਥੇ ਗੁਰਦੁਆਰਾ ਦੀਵਾਨ ਗੜ੍ਹ ਸਾਹਿਬ ਆਈ ਉਹਦੇ ਨਾਲ ਹੁੰਦੀ ਸੀ, ਇੱਕ ਬਹੁਤ ਉੱਚੀ ਬਿਲਡਿੰਗ ਹੈ ਉਹ। ਫਿਰ ਇਹਨਾਂ ਨੇ ਮੇਰੇ ਖਿਆਲ 30-35 ਸਾਲ ਤੋਂ ਬਾਅਦ ਦੋਨੇ ਢਾਹ ਦਿੱਤੀਆਂ ਗਈਆਂ ਅਤੇ ਤਿੰਨ ਸਰੋਵਰ ਸੀ ਇੱਥੇ, ਤਿੰਨਾਂ ਦੇ ਵਿੱਚੋਂ ਦੋ ਸਰੋਵਰ ਬੰਦ ਕਰ ਦਿੱਤੇ ਗਏ ਇਹਨਾਂ ਨੇ, ਜਿੱਥੇ ਹੁਣ ਦੀਵਾਨ ਟੋਡਰਮੱਲ ਹਾਲ ਬਣਿਆ। ਇਹ ਸਭ ਤੋਂ ਬੜਾ ਸਰੋਵਰ ਸੀ ਲੇਕਿਨ ਚਾਲੂ ਨਹੀਂ ਹੋ ਸਕਿਆ। ਅਤੇ ਜੋਤੀ ਸਰੂਪ ਸਾਹਿਬ ਦਾ ਕੀ ਸਰੂਪ ਸੀਗਾ ਮਤਲਬ ਪਹਿਲਾਂ? ਉਹ ਤਾਂ ਫਰੰਟ ਸਾਈਡ ਸੀ ਉਹਨਾਂ ਦਾ ਪਹਿਲਾਂ ਗੇਟ ਉਲੇ ਪਾਸੇ, ਬਾਕੀ ਜਗ੍ਹਾ ਬਹੁਤ ਛੋਟੀ ਸੀ, ਜਗ੍ਹਾ ਬਹੁਤ ਘੱਟ ਸੀ, ਬਹੁਤ ਘੱਟ। ਉਹ ਵੀ ਬਾਹਰੋਂ ਚਾਰ ਦੀਵਾਰੀ ਸੀ, ਕਿਲਾ ਟਾਈਪ ਸੀ ਜਿਵੇਂ ਔਖਾ ਸੀ, ਜਿਵੇਂ ਔਖਾ ਦੀਵਾਰ ਇੱਦਾਂ ਬਾਹਰ ਦੀਵਾਰ ਸੀ, ਅੰਦਰ ਸਰੂਪ ਸੀ ਅਤੇ ਗੇਟ ਮੇਨ ਇਹਦੇ ਰੋਡ ਵੱਲ ਨੂੰ ਸੀ ਅਤੇ ਇਹਨਾਂ ਨੇ ਉਹ ਵੀ ਸਾਰਾ ਘੁੰਮਾ ਕੇ ਦੂਜੇ ਪਾਸੇ ਨੂੰ ਕਰਤਾ। ਪਹਿਲਾਂ ਲੱਕੜ ਦਾ ਗੇਟ ਲੱਗਿਆ ਹੋਇਆ ਬੜਾ, ਸਰੋਵਰ ਬਾਹਰ ਸੀ ਡਿਊਟੀ ਤੋਂ, ਬੜਾ ਗੇਟ ਜਿਹੜਾ ਸੀ ਨਾ ਆਪਣਾ ਮੇਨ ਗੇਟ ਉਹ ਲੱਕੜ ਦਾ ਸੀ, ਲੱਕੜ 45 ਸਾਲ ਹੋ ਗਏ ਉਹ ਤੋਂ ਬਾਅਦ ਫਿਰ ਉਹਨੇ ਦੂਜੇ ਜਾਲੇ ਲਾਏ। ਦੀਵਾਨ ਟੋਡਰਮੱਲ ਹੈ, ਦੀਵਾਨ ਮੋਤੀਆ ਮਹਿਰਾ ਅਤੇ ਉਹਦਾ ਮਤਲਬ ਜਿਹੜੀ ਆਪਣੀ ਇਹਦੀ ਬਿਲਡਿੰਗ ਹੈ ਉਹਨੂੰ ਤਕਰੀਬਨ ਮੇਰੇ ਖਿਆਲ 15 ਸਾਲ ਹੋ ਗਏ ਮੈਨੂੰ ਦੇਖਦੇ ਇਹਨੂੰ, ਐ ਜੀ ਟੀ 'ਚ ਖੜ੍ਹੀ ਹੈ। ਆਉਂਦੇ ਹੈ ਰੁਪਈਆ 5-10 ਲੱਖ 10 ਲੱਖ ਰੁਪਈਆ ਬਣੇ ਲੈ ਗਏ। ਚਲੋ ਮੋਤੀ ਰਾਮ ਮਹਿਰੀ ਦੇ ਨਾਮ 'ਤੇ ਦੀਵਾਨ ਚੱਲਦਾ ਹੁੰਦਾ ਸੀ ਜੀ, ਜਿੱਥਾਂ ਠੰਡੇ ਬੁਰਜ ਦੇ ਨਾਲ ਉੱਥੇ ਜਿਹੜਾ ਦੀਵਾਨ ਚੱਲਦਾ ਸੀ ਨਾ ਉਹ ਮੋਤੀ ਰਾਮ ਮਹਿਰੇ ਦੀ ਦੀਵਾਨ ਹੁੰਦਾ ਸੀ। ਉੱਥੋਂ ਫਿਰ ਉਹਨਾਂ ਨੂੰ ਇਹਨਾਂ ਨੇ ਜਗ੍ਹਾ ਨਹੀਂ ਦਿੱਤੀ ਐਸ ਜੀ ਪੀ ਸੀ ਵਾਲਿਆਂ ਨੇ, ਉਹਨਾਂ ਫਿਰ ਆਪਣੀ ਜਗ੍ਹਾ ਲੈ ਕੇ ਆਪਣਾ ਗੁਰਦੁਆਰਾ ਸਾਹਿਬ ਬਣਾਇਆ। ਮਤਲਬ ਇਹਨਾਂ ਨੇ ਉਸ ਬੰਦੇ ਦੀ ਕੁਰਬਾਨੀ ਨੂੰ ਇਗਨੋਰ ਕਰਤਾ, ਬਾਕੀ ਦੀਵਾਨ ਟੋਡਰਮੱਲ ਦੀ ਉਹਦੀ ਵੀ ਕੁਰਬਾਨੀ ਨੂੰ ਇਗਨੋਰ ਕਰਤਾ ਇਹਨੇ। ਹਾਲਾਂਕਿ ਇਹਨਾਂ ਦਾ ਸਭ ਤੋਂ ਪਹਿਲਾਂ ਫਰਜ਼ ਬਣਦਾ ਸੀ ਇਹਨਾਂ ਦੀ ਯਾਦਦਾਸ਼ਤ ਬਣਾਉਣ ਦਾ, ਲੇਕਿਨ ਦੇਖੋ 500 ਸਾਲ 400 ਸਾਲ ਬੀਤ ਗਏ। ਕਿਰਪਾਕਾਰ ਸੇਵਾ ਵਾਲਿਆਂ ਨੇ ਜਿੰਨੇ ਵੀ ਹੈ ਇਹ ਕੁਛ ਹੋਰ ਕਿਸਮ ਦੇ ਬੰਦੇ ਨੇ, ਇਹਨਾਂ ਲੋਕਾਂ ਨੇ ਜ਼ਿਆਦਾਤਰ
ਜਿੰਨੀਆਂ ਵੀ ਆਪਣੀਆਂ ਧਾਰਮਿਕ ਚਿੰਨ੍ਹ ਸੀ ਇਹਨਾਂ ਨੇ ਮਿਟਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ, ਲੇਕਿਨ ਸੰਗਤਾਂ ਦੇ ਸਹਿਯੋਗ ਨਾਲ ਇਹਨਾਂ ਨੂੰ ਜੋ ਪਹਿਲਾਂ ਮਿਟ ਗਈਆਂ ਉਸ ਤੋਂ ਬਾਅਦ ਇਹਨਾਂ ਨੂੰ ਮਿਟਾਉਣ 'ਤੇ ਰੋਕ ਦਿੱਤਾ ਗਿਆ। ਸੇਵਾ ਵਾਲੇ ਦਾ ਮਸਲਾ ਹੈ ਉਹ ਨਹੀਂ ਯਾਰ, ਸੇਵਾ ਤਾਂ ਹੁਣ ਦੇਖੋ ਸਿਆਸਤ ਤੋਂ ਉੱਪਰਾ ਧਰਮ ਥੱਲੇ ਆ। ਹਰੇ ਕਿਹਾ ਮਤਲਬ ਧਰਮ ਹੋਣਾ ਚਾਹੀਦਾ, ਸਿਆਸਤ ਥੱਲੇ ਹੋਣੀ ਚਾਹੀਦੀ ਹੈ। ਪਰ ਉਹ ਤਾਂ ਸਾਰੇ ਹੀ ਕਰਦੇ ਆ, ਫਿਰ ਜ਼ਮੀਨ ਸਮਾਨ ਦਾ ਫਰਕ ਹੈ। ਉਹ ਤਾਂ ਕਿ ਰੋਂਦੇ ਸੀ ਆ ਕੇ ਲੋਕ, ਮਾਤਮ ਆ ਵਿਦਨ ਵੀਕ ਦੀ ਗੱਲ ਹੈ, ਕੋਈ ਲੜਕੀ ਆਈ, ਮੈਂ ਭੋਰਾ ਸਾਹਿਬ ਬੈਠਾ ਤੇ ਉਹ ਲੜਕੀ ਆ ਕੇ ਮਤਲਬ ਰੋਈ ਆ ਕੇ ਜੀ, ਨਾਲੇ ਸਾਹਮਣੇ ਦੇਖ ਰਹੀ ਆ, ਰੋ ਰਹੀ ਆ। ਮੈਂ ਉੱਤੇ ਸਿਰ 'ਤੇ ਹੱਥ ਰੱਖਿਆ, ਮੈਂ ਬੇਟਾ ਤੈਨੂੰ ਦਿਲੋਂ ਸਿੰਪਤੀ ਆ ਵੀ ਅੱਜ ਤੱਕ ਮੇਰੀ ਵੀ ਇੰਨੀ ਉਮਰ ਹੋ ਗਈ, ਇੰਨੇ ਸਾਲ ਜਾਂਦੇ ਨੂੰ, ਪਰ ਅੱਜ ਤੱਕ ਮੈਂ ਇਸ ਤਰ੍ਹਾਂ ਦਾ ਕੋਈ ਬੱਚਾ ਨਹੀਂ ਦੇਖਿਆ ਵੀ ਜਿਹੜਾ ਇਹ ਮਹਿਸੂਸ ਕਰੇ ਵੀ ਜਿਵੇਂ ਆਪਣੇ ਬੱਚੇ ਹੁੰਦੇ ਨੇ। ਗੁਰਦੁਆਰਾ ਮੋਤੀ ਮਹਿਰਾ ਇਹ ਵੀ ਗੁਰਦੁਆਰਾ ਪਹਿਲਾਂ ਇਹਦੇ ਆਪਣੇ ਠੰਡੇ ਬੁਰਜ ਦੇ ਨਾਲ ਸੀ, ਉਸ ਨੂੰ ਵੀ ਇਹਨਾਂ ਨੇ ਮਿਟੇ ਦਿੱਤਾ ਗਿਆ। ਉਹਨਾਂ ਨੇ ਇਸ ਤੋਂ ਬਾਅਦ ਰੌਜ਼ਾ ਸ਼ਰੀਫ ਦੇ ਸਾਹਮਣੇ ਆਪਣਾ ਨਵਾਂ ਗੁਰਦੁਆਰਾ ਸਾਹਿਬ ਤਿਆਰ ਕਰ ਲਿਆ। ਕਦੋਂ ਪਹਿਲੀ ਵਾਰ ਕਦੋਂ ਲੱਗਿਆ, ਕੋਈ ਬਜ਼ੁਰਗ ਦੱਸਦੇ ਹੋਣਗੇ? ਇਹ ਤਕਰੀਬਨ ਮੇਰੇ ਖਿਆਲ ਜੀ 53-54 ਦੇ ਵਿੱਚ ਆਈ ਹੈ, ਪਹਿਲੀ ਵਾਰ ਲੱਗਿਆ। ਹਾਂ, ਉਹ ਲੈ ਕੇ ਆਏ ਕਹਿੰਦੇ ਰਾਜਾ ਆਪ ਉੱਥੋਂ ਗੁਰੂ ਗ੍ਰੰਥ ਸਾਹਿਬ ਲੈ ਕੇ ਆਪ ਉੱਥੋਂ ਆਉਂਦਾ ਸੀ, ਹਾਥੀ ਦੇ ਨਾਲ ਆਉਂਦਾ ਸੀ। ਸਿੱਖੀ ਦੇ ਨਾਲ ਇਹਨਾਂ ਨੇ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ, ਕਿਉਂਕਿ SGPC ਨੂੰ ਸਭ ਤੋਂ ਮੇਨ ਮੁੱਦਾ ਤਾਂ ਇਹਨਾਂ ਦਾ ਸਿੱਖੀ ਵੱਲ ਧਿਆਨ ਸੀ, ਇਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ, ਸਿਰਫ ਸਿਆਸਤ ਕਿੰਨੀ ਇਹਨਾਂ ਨੇ ਧਿਆਨ ਦਿੱਤਾ, ਜਿਹਦੇ ਕਰਕੇ ਸਿੱਖੀ ਦੇ ਵਿੱਚ ਇੰਨੀ ਗਿਰਾਵਟ ਆ ਚੁੱਕੀ ਸੀ। ਅਸਲ ਵਿੱਚ ਤਾਂ ਗੱਲ ਹੈ ਵੀ ਟਾਈਮ ਦੀ ਟਾਈਮ ਬੰਦਾ ਥੋੜ੍ਹਾ ਜਿਹਾ ਚੇਂਜ ਹੋ ਜਾਂਦਾ, ਪਰ ਲੌਂਗ ਰਨ ਆਪਾਂ ਨੂੰ ਲੌਂਗ ਰਨ ਚੇਂਜ ਹੋਣ ਦੀ ਲੋੜ ਆਪਾਂ ਨੂੰ, ਜੇ ਆਪਾਂ 4 ਦਿਨ ਦੇ ਬਾਅਦ ਸੁਣ ਲਿਆ ਆਪਾਂ ਨੇ, ਆਪਾਂ ਥੋੜ੍ਹੇ ਜਿਹੇ ਨਿਮਰਤਾ ਵਾਲੇ ਬਣ ਗਏ, ਚਾਰ ਦਿਨਾਂ ਦੇ ਬਾਅਦ ਆਪਣਾ ਫਿਰ ਉਹੀ ਰੂਪ ਹੋ ਗਿਆ, ਉਹ ਚੀਜ਼ ਨਹੀਂ ਹੋਣੀ ਚਾਹੀਦੀ, ਉਹ ਚੀਜ਼ ਹੈ ਵੀ ਨਹੀਂ। ਦੁਨੀਆ ਭਰ 'ਚ ਹਰ ਕੌਮ, ਹਰ ਭਾਈਚਾਰਾ, ਹਰ ਮੁਲਕ ਆਪਣੇ ਇਤਿਹਾਸ ਨੂੰ ਹੂਬ ਹੂ ਜਿਉਂਦਾ ਰੱਖਦਾ, ਯਾਨੀ ਇਤਿਹਾਸ ਦੇ ਉਹ ਨਿਸ਼ਾਨ, ਉਹ ਬਿਲਡਿੰਗਾਂ, ਉਹ ਥਾਵਾਂ ਉਵੇਂ ਦੀਆਂ ਉਵੇਂ ਰਹਿੰਦੀਆਂ ਨੇ। ਪਰ ਸਿੱਖਾਂ ਦੇ ਵਿੱਚ ਪਿਛਲੇ ਦੌਰ 'ਚ ਦੇਖਣ ਨੂੰ ਮਿਲਿਆ ਕਿ ਕਾਰ ਸੇਵਾ ਦੇ ਨਾਂ 'ਤੇ ਸਾਡੇ ਇਤਿਹਾਸ ਦੇ ਨਿਸ਼ਾਨ ਮਿਟਾ ਦਿੱਤੇ ਗਏ। ਪੱਥਰ ਲੱਗਿਆ ਬੜਾ ਵਧੀਆ, ਸਲੀਕੇਦਾਰ, ਪਰ ਇਤਿਹਾਸ ਨਾਲ ਜਿਵੇਂ ਆ ਕੇ ਨਵੀਂ ਪੀੜ੍ਹੀ ਨੇ ਜੁੜਨਾ ਸੀ, ਨਵੀਂ ਪੀੜ੍ਹੀ ਨੇ ਜਿਵੇਂ ਕਨੈਕਟ ਕਰਨਾ ਸੀ, ਜਿਵੇਂ ਕੋਈ 18ਵੀਂ ਸਦੀ ਦੀ, 17ਵੀਂ ਸਦੀ ਦੀ, 19ਵੀਂ ਸਦੀ ਦੀ ਗੱਲ ਹੂਬ ਹੂ ਪਈ ਹੋਵੇ, ਉਹਦੇ ਨਾਲ ਆ ਕੇ ਕਨੈਕਟ ਉਸੇ ਦੌਰ 'ਚ ਜਾ ਕੇ ਕਰੇਗਾ, ਅਵਸਥਾ ਉਹ ਹੋ ਜਾਏਗੀ। ਪਰ ਪਿਛਲੇ ਦੌਰ 'ਚ ਹੋਇਆ, ਔਰ ਫਤਿਹਗੜ੍ਹ ਸਾਹਿਬ, ਠੰਡਾ ਬੁਰਜ ਹੋਵੇ, ਜੋਤੀ ਸਰੂਪ ਹੋਵੇ, ਹੋਰ ਬਹੁਤ ਸਾਰੀਆਂ ਥਾਵਾਂ ਜਿੱਥੇ ਇੱਥੇ ਇਤਿਹਾਸ ਨਾਲ ਜੁੜੀਆਂ ਸੀ, ਉਹ ਕਿਵੇਂ ਮਿਟੀਆਂ, ਉਹ ਇੱਕ ਪੀੜ੍ਹੀ ਨੇ ਮਿਟਦੀਆਂ ਕਿਵੇਂ ਦੇਖੀਆਂ। ਸਾਡੇ ਨਾਲ ਉਹ ਬਜ਼ੁਰਗ ਨੇ, ਜਿਹੜੇ ਬਜ਼ੁਰਗ ਦੇਖਦੇ ਰਹੇ ਨੇ ਠੰਡੇ ਬੁਰਜ ਦਾ ਪੁਰਾਣਾ ਸਰੂਪ, ਜੋਤੀ ਸਰੂਪ ਦਾ ਪੁਰਾਣਾ ਸਰੂਪ, ਜਾਂ ਇੱਥੋਂ ਦੀਆਂ ਹੋਰ ਇਤਿਹਾਸਿਕ ਥਾਵਾਂ ਦਾ ਪੁਰਾਣਾ ਸਰੂਪ, ਸਵਾਗਤ ਕਰਦੇ ਹਾਂ, ਗੱਲਬਾਤ ਕਰਦੇ ਹਾਂ ਉਹਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਮੈਂ ਤੁਹਾਡੇ ਤੋਂ ਸ਼ੁਰੂ ਕਰੂੰਗਾ ਹਰਬੰਸ ਜੀ। ਹਾਂਜੀ,
ਤੁਹਾਡੇ ਪਿਤਾ ਜੀ, ਮਾਈਕ ਥੋੜ੍ਹਾ ਉੱਪਰ ਕਰ ਲਓ, ਤੁਹਾਡੇ ਪਿਤਾ ਜੀ ਜਿਹੜੇ ਹੁੰਦੇ ਸੀ ਉਹ ਗੁਰਦੁਆਰਾ ਸਾਹਿਬ ਗ੍ਰੰਥੀ ਸੀਗੇ? ਹਾਂਜੀ, ਰਾਗੀ ਸੀ। ਹਾਂਜੀ, ਅਤੇ ਤੁਹਾਡੇ ਪਿਤਾ ਜੀ ਨੇ ਤੁਹਾਡਾ ਵੀ ਉੱਥੇ ਨੇੜੇ ਤੇੜੇ ਤੁਸੀਂ ਘੁੰਮਦੇ ਰਹੇ, ਜਨਮ ਹੋਇਆ ਨੇੜੇ ਤੇੜੇ, ਤੁਸੀਂ ਸਾਰਾ ਕੁਛ ਇਤਿਹਾਸਿਕ ਥਾਵਾਂ ਨੂੰ ਦੇਖਦੇ ਰਹੋ। ਬਿਲਕੁਲ। ਦੱਸੋ ਮਾੜਾ ਜਿਹਾ, ਇਹ ਕਦੋਂ ਤੋਂ ਆਏ ਸੀ, ਕਦੋਂ ਤੁਸੀਂ ਜਵਾਨ ਹੋਏ, ਕਦੋਂ ਤੁਸੀਂ ਪਹਿਲੀ ਵਾਰ ਉਹ ਦੇਖਿਆ, ਕਦੋਂ ਫਿਰ ਚੀਜ਼ਾਂ ਬਦਲਦੀਆਂ ਦੇਖੀਆਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ 20 ਸਾਲ ਤੋਂ ਪਹਿਲਾਂ ਜੋ ਠੰਡੇ ਬੁਰਜ ਦੀ ਦਿੱਖ ਸੀ ਉਹ ਐਜ ਇਟ ਇਜ਼ ਸੀ, ਉਸ ਤੋਂ ਬਾਅਦ ਉਸਦੀ ਦਿੱਖ ਨੂੰ ਮਿਟਾ ਦਿੱਤਾ ਗਿਆ। ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ, ਜੋ ਗੁਰਦੁਆਰਾ ਸਾਹਿਬ, ਭੋਰਾ ਸਾਹਿਬ, ਇਹਨਾਂ ਨੂੰ ਵੀ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਸੰਗਤਾਂ ਦੇ ਸਹਿਯੋਗ ਨਾਲ ਇਸ ਨੂੰ ਦਿੱਖ ਬਦਲਣ ਤੋਂ ਰੋਕ ਦਿੱਤਾ ਗਿਆ। ਦੂਜੇ ਪਾਸੇ ਦਰਸ਼ਨੀ ਡੂੜੀ, ਉਸ ਨੂੰ ਵੀ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਸਾਬਕਾ ਸਪੀਕਰ ਸਰਦਾਰ ਬੀਰ ਦਵਿੰਦਰ ਸਿੰਘ ਜੀ ਨੇ ਆਵਾਜ਼ ਉਠਾਈ, ਆਵਾਜ਼ ਉਠਾਉਣ ਤੋਂ ਬਾਅਦ ਉਸ ਨੂੰ ਵੀ ਇਹਨਾਂ ਨੂੰ ਰੋਕ ਦਿੱਤਾ ਗਿਆ। ਬਾਕੀ ਜਿੱਥੇ ਜਿੰਨਿਆਂ ਵੀ ਇੱਥੇ ਇਤਿਹਾਸਕ, ਜਿਵੇਂ ਹੁਣ ਆਪਣਾ ਗੁਰਦੁਆਰਾ ਮੋਤੀ ਮਹਿਰਾ, ਇਹ ਵੀ ਗੁਰਦੁਆਰਾ ਪਹਿਲਾਂ ਇਹਦੇ ਆਪਣੇ ਠੰਡੇ ਬੁਰਜ ਦੇ ਨਾਲ ਸੀ, ਉਸ ਨੂੰ ਵੀ ਇਹਨਾਂ ਨੇ ਮਿਟੇ ਦਿੱਤਾ ਗਿਆ। ਉਹਨਾਂ ਨੇ ਇਸ ਤੋਂ ਬਾਅਦ ਰੌਜ਼ਾ ਸ਼ਰੀਫ ਦੇ ਸਾਹਮਣੇ ਆਪਣਾ ਨਵਾਂ ਗੁਰਦੁਆਰਾ ਸਾਹਿਬ ਤਿਆਰ ਕਰ ਲਿਆ। ਤਾਂ ਇਹ ਤੁਸੀਂ ਕਿਹਾ ਕਿ ਕੁਛ ਲੋਕ ਆਏ ਜਿਹੜੇ, ਜਿਨ੍ਹਾਂ ਨੂੰ ਰੋਕਿਆ ਵੀ ਗਿਆ, ਕੌਣ ਲੋਕ ਸੀ, ਕਦੋਂ ਮਿਟਾਉਣ ਲੱਗੇ ਸੀ, ਕਿਹਨੇ ਰੋਕਿਆ ਸੀ? ਇਹ ਬਾਬਾ ਕਾਰ ਸਿੰਘ ਵਾਲਿਆਂ ਨੇ ਜਿੰਨੇ ਵੀ ਹੈ, ਇਹ ਕੁਛ ਹੋਰ ਕਿਸਮ ਦੇ ਬੰਦੇ ਨੇ। ਇਹਨਾਂ ਲੋਕਾਂ ਨੇ ਜ਼ਿਆਦਾਤਰ ਜਿੰਨੀਆਂ ਵੀ ਆਪਣੀਆਂ ਧਾਰਮਿਕ ਚਿੰਨ੍ਹ ਸੀ ਇਹਨਾਂ ਨੇ ਮਿਟਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ, ਲੇਕਿਨ ਸੰਗਤਾਂ ਦੇ ਸਹਿਯੋਗ ਨਾਲ ਇਹਨਾਂ ਨੂੰ ਜੋ ਪਹਿਲਾਂ ਮਿਟ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਮਿਟਾਉਣ 'ਤੇ ਰੋਕ ਦਿੱਤਾ ਗਿਆ। ਮੈਂ ਸੁਖਵਿੰਦਰ ਜੀ ਨੂੰ ਕਹੋ, ਉਹਨਾਂ ਨੂੰ ਮਾਈਕ ਦਿਓ। ਸੁਖਵਿੰਦਰ ਜੀ, ਤੁਸੀਂ ਕਦੋਂ ਦੇਖਿਆ ਕਿ ਕਦੋਂ ਕਿਹਾ ਜਾਂ ਸਰੂਪ ਸੀ, ਥੋੜ੍ਹਾ ਜਿਹਾ ਆਪਦੇ ਸੁਣਾਓ, ਬਚਪਨ ਤੋਂ ਜਵਾਨੀ ਦਾ ਸੁਣਾਓ, ਤੁਸੀਂ ਜਵਾਨੀ 'ਚ ਕੀ ਦੇਖ ਰਹੇ ਸੀਗੇ, ਫਿਰ ਅੱਗੇ ਕੀ ਦੇਖਦੇ ਰਹੇ? ਹੁਣ ਤੁਹਾਡੀ ਉਮਰ 72 ਸਾਲ ਦੇ ਕਰੀਬ ਆ। 72 ਸਾਲ ਦੀ ਸਾਡੀ ਉਮਰ ਹੈ ਜੀ। ਅਤੇ ਅਸੀਂ ਪਹਿਲਾਂ ਜਿਹੜਾ ਦੇਖਿਆ ਪੁਰਾਣਾ ਸਰੂਪ ਸੀ ਸਾਰਾ, ਅਤੇ ਹੁਣ ਸਾਰਾ ਨਵਾਂ ਅਤੇ ਨਵਾਂ ਬਣ ਗਿਆ ਜੀ। ਜਿਵੇਂ ਮਤਲਬ ਦੱਸੋ, ਥੋੜ੍ਹਾ ਜਿਹਾ ਤੁਸੀਂ ਐਕਸਪਲੇਨ ਕਰਕੇ ਦੱਸੋ ਕਿ ਕਿਵੇਂ ਕਿਵੇਂ ਦੇਖਿਆ ਤੁਸੀਂ ਬਦਲਦਾ। ਅਸੀਂ ਜਦੋਂ ਸੰਤ ਭੂਰੀ ਵਾਲਿਆਂ ਨੇ ਆ ਕੇ ਇਹਦੀ ਕਾਰ ਸੇਵਾ ਸ਼ੁਰੂ ਕੀਤੀ ਜੀ, ਉਦੋਂ ਭੋਰਾ ਸਾਹਿਬ ਪਹਿਲਾਂ ਨਹੀਂ ਸੀ ਹੁੰਦਾ। ਭੋਰਾ ਸਾਹਿਬ ਉਹਨਾਂ ਨੇ ਕੱਢਿਆ ਥੱਲਿਓਂ ਸਾਰਾ, ਉਹਦਾ ਸਾਰਾ ਕੁਛ ਪਹਿਲਾ ਇਤਿਹਾਸ ਉਹੀ ਦਿਖਿਆ, ਸਾਰਾ ਕੁਛ ਜੋ ਵੀ ਹੈ ਉਹ ਹੁਣ ਇਹਨਾਂ ਨਵੇਂ ਤੋਂ ਨਵੇਂ ਡਿਜ਼ਾਇਨ ਉੱਤੇ ਕਰ ਦਿੱਤੇ ਹੁਣ ਇਹਨਾਂ ਨੇ। ਤਾਂ ਮੈਂ ਵੀ ਪੁੱਛ ਰਿਹਾ ਹੈਗਾ ਤੁਹਾਨੂੰ, ਜਦੋਂ ਤੁਹਾਡੇ ਜਿਵੇਂ ਇਹਨਾਂ ਦੇ ਯਾਦ ਆ ਬਹੁਤ ਸਾਰਾ ਕੁਛ, ਹਾਂਜੀ ਹਾਂਜੀ, ਤੁਸੀਂ ਪੁਰਾਣਾ ਸਰੂਪ ਕਦੋਂ ਦੇਖਿਆ ਸੀ, ਕਦੋਂ ਜਵਾਨੀ 'ਚ ਪਹਿਲੀ ਵਾਰ ਤੁਸੀਂ ਦੇਖਿਆ ਆਹੀ ਸਰੂਪ ਆ, ਤੁਹਾਡੇ ਉਮਰ ਦੇ ਕਿਹੜੇ ਵੱਖ ਵਿੱਚ ਤੁਸੀਂ ਦੇਖਿਆ ਕਿ ਇਹ ਮਿਟਾ ਦਿੱਤਾ ਗਿਆ, ਪੁਰਾਣਾ ਸਰੂਪ ਨਹੀਂ ਹੈਗਾ? ਪਰ 30 ਸਾਲ ਦੀ ਉਮਰ ਹੋਣੀ ਤੁਹਾਡੀ ਜਦੋਂ, ਹਾਂ ਉਦੋਂ 30 ਸਾਲ ਦੀ ਸਾਡੀ ਤਕਰੀਬਨ ਉਮਰ ਸੀ, ਹੁਣ ਇਸ ਟਾਈਮ ਸਾਡੀ 72 ਸਾਲ ਦੀ ਉਮਰ ਹੈ ਜੀ। ਇਹ ਉਦੋਂ ਇਹਨਾਂ ਨੇ ਫਿਰ ਸਾਰਾ ਕੁਛ ਇਹਨਾਂ ਨੇ ਬਦਲ ਦਿੱਤਾ। ਜਦੋਂ ਰੋਕਿਆ ਗਿਆ ਉਦੋਂ ਕਿਹੜੀਆਂ ਗੱਲਾਂ ਤੋਂ ਰੋਕਿਆ ਗਿਆ, ਜਿਵੇਂ ਇਹ ਕਹਿ ਰਹੇ ਸੀਗੇ? ਉਹ ਇਸੇ ਕਰਕੇ ਰੋਕਿਆ ਗਿਆ ਜੀ, ਇਹਨਾਂ ਨੇ ਹੁਣ ਜਿਹੜਾ ਪੱਥਰ ਲਾਇਆ ਉਹ ਕਦੇ ਲਾਤਾ ਕਦੇ ਲਾਉਣ ਲੱਗ ਗਏ, ਅਤੇ ਉਹਨਾਂ ਤੋਂ ਫਿਰ ਤਾਂ ਹੀ ਸੰਗਤ ਨੇ ਕਹੀ, ਸੰਗਤ ਕਹਿੰਦੀ ਵੀ ਨਹੀਂ ਇਹ ਹੋਣਾ ਨਹੀਂ ਚਾਹੀਦਾ। ਅੱਛਾ ਸਿੰਘ ਜੀ, ਮੈਂ ਤੁਹਾਡੇ ਨਾਲ ਵੀ ਗੱਲਬਾਤ ਕਰੂੰ, ਕੋਈ ਨਾ ਉਹਨਾਂ ਕੋਲ ਹੈ ਮਾਈਕ, ਮੈਂ ਗੱਲ ਕਰਦਾ। ਤੁਸੀਂ ਕਦੋਂ ਇਹ ਸਾਰਾ ਕੁਛ, ਜਿਵੇਂ ਗਵਾਹ ਹੋ ਗਏ, ਮੈਂ ਤਾਂ ਹੀ ਇੱਕ ਵਿਟਨੈਸ ਨੂੰ ਰਿਕਾਰਡ ਕਰ ਰਿਹਾ, ਇੱਕ ਗਵਾਹਾਂ ਨੂੰ ਰਿਕਾਰਡ ਕਰ ਰਿਹਾ, ਇਤਿਹਾਸ ਦੇ ਗਵਾਹ ਹੋ ਤੁਸੀਂ, ਉਹਦੇ ਨਾਲ ਫਿਰ ਛੇੜਛਾੜ ਹੋਈ ਕਹੀਏ ਜਾਂ
ਉਹੋ ਜਿਹਾ ਨਹੀਂ ਰਿਹਾ ਹੈਗਾ। ਇਹ ਤਾਂ ਬਹੁਤ ਸਾਰੇ ਸਵਾਲ ਹੁੰਦੇ ਨੇ ਕਿਉਂ ਨਹੀਂ ਰਿਹਾ ਉਹੋ ਜਿਹਾ, ਇਹਨੂੰ ਸਾਜਿਸ਼ ਦੇ ਰੂਪ 'ਚ ਵੀ ਦੇਖਿਆ ਜਾਂਦਾ, ਤਾਂ ਤੁਸੀਂ ਕਦੋਂ ਦੇਖਦੇ ਰਹੇ ਹੋ ਜੀ, ਕਦੋਂ ਤੁਹਾਡੀਆਂ ਅੱਖਾਂ ਸਾਹਮਣੇ ਕੀ ਹੋਇਆ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਤਕਰੀਬਨ 73-74 'ਚ ਗੁਰਦੁਆਰਾ ਸਾਹਿਬ 'ਚ ਸੇਵਾ ਕਰਦਾ ਰਿਹਾ ਜੀ, ਇਮਾਰਤ ਕਮੇਟੀ 'ਚ ਜੀ ਜੀ। ਉਸ ਸਮੇਂ ਤਕਰੀਬਨ ਜਿਹੜਾ ਠੰਡੇ ਬੁਰਜ ਦਾ ਪੁਰਾਣਾ ਸਰੂਪ ਹੈਗਾ ਸੀ, ਉਸ ਤੋਂ ਬਾਅਦ ਫਿਰ ਹੌਲੀ ਹੌਲੀ ਕਦੇ ਇੱਕ ਵਾਰੀ ਕਦੇ ਦੋ ਵਾਰੀ ਤਕਰੀਬਨ ਫਿਰ ਚੇਂਜ ਹੋ ਗਈ ਹੈ। ਉਦੋਂ ਕਿਸੇ ਨੇ ਕੋਈ ਸਵਾਲ ਖੜਾ ਨਹੀਂ ਕੀਤਾ ਜਾਂ ਲੋਕਾਂ 'ਚ ਇੰਨੀ ਅਵੇਅਰਨੈਸ ਨਹੀਂ ਸੀ, ਪਤਾ ਨਹੀਂ ਸੀਗਾ, ਕਿਸੇ ਨੇ ਕਿਹਾ ਨਹੀਂ? ਨਹੀਂ, ਜਦ ਨਹੀਂ ਜੀ, ਜਦ ਤਾਂ ਤਕਰੀਬਨ ਚਲੋ ਅਗਲਾ ਕਹਿੰਦਾ ਨਵੀਂ ਇਮਾਰਤ ਬਣ ਰਹੀ ਹੈ, ਹੋਰ ਹੋ ਰਿਹਾ, ਜਾਂ ਕਿਸੇ ਨੇ ਕੋਈ ਰੁਕਾਵਟ ਨਹੀਂ ਕੀਤੀ। ਅਤੇ ਹੁਣ ਪਹਿਲਾਂ ਇੱਕ ਵਾਰੀ ਬਦਲਿਆ ਗਿਆ, ਪੱਥਰ ਲਾਇਆ ਗਿਆ, ਹੁਣ ਫਿਰ ਕਹਿੰਦੇ ਜੀ ਦੂਜੀਆਂ ਸਰਹੰਦੀ ਇੱਟਾਂ ਦੇ ਵਿੱਚ ਦੁਆਰਾ ਤਿਆਰ ਕਰੋ। ਆਹ ਹੁਣ ਫਿਰ 5-4 ਸਾਲ ਤੋਂ ਆਹ ਦੁਆਰਾ ਫਿਰ ਤਿਆਰ ਕੀਤਾ। ਹਰਬੰਸ ਜੀ, ਹੋਰ ਵੀ ਜਿਵੇਂ ਤੁਸੀਂ ਕਹਿੰਦੇ ਗੁਰਦੁਆਰਾ ਸਾਹਿਬ, ਇਹ ਕਦੋਂ ਪਹਿਲਾਂ ਕਿਹਾ ਜਿਹਾ ਸਰੂਪ ਸੀਗਾ, ਕਦੋਂ ਇਹ ਬਣਨਾ ਸ਼ੁਰੂ ਹੁੰਦਾ ਗਾ, ਕਿਵੇਂ ਸ਼ੁਰੂ ਹੁੰਦਾ ਸਾਰਾ ਕੁਛ? ਇਹ ਜੀ ਸਭ ਤੋਂ ਪਹਿਲਾਂ ਦਾ ਨਾਂ ਜਿਹੜੀ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਡਬਲ ਚਾਰ ਦੁਆਰੀ ਸੀ, ਇੱਕ ਤਾਂ ਬਿਲਕੁਲ ਨਾਲ ਸੀ, ਇੱਕ ਜਿੱਥੇ ਗੁਰਦੁਆਰਾ ਦੀਵਾਨ ਗੜ੍ਹ ਸਾਹਿਬ ਆ ਜੀ ਉਹਦੇ ਨਾਲ ਹੁੰਦੀ ਸੀ, ਇੱਕ ਬਹੁਤ ਉੱਚੀ ਬਿਲਡਿੰਗ। ਉਹ ਫਿਰ ਇਹਨਾਂ ਨੇ ਮੇਰੇ ਖਿਆਲ 30-35 ਸਾਲ ਤੋਂ ਬਾਅਦ ਦੋਨੇ ਢਾਚਦੇ ਗਈਆਂ, ਅਤੇ 3 ਸਰੋਵਰ ਸੀ ਇੱਥੇ, ਤਿੰਨਾਂ ਦੇ ਵਿੱਚੋਂ 2 ਸਰੋਵਰ ਬੰਦ ਕਰ ਦਿੱਤੇ ਗਏ ਇਹਨਾਂ ਨੇ, ਜਿੱਥੇ ਹੁਣ ਦੀਵਾਨ ਟੋਡਰਮੱਲ ਹਾਲ ਬਣਿਆ। ਇਹ ਸਭ ਤੋਂ ਬੜਾ ਸਰੋਵਰ ਸੀ, ਲੇਕਿਨ ਚਾਲੂ ਨਹੀਂ ਹੋ ਸਕਿਆ। 3 ਸਰੋਵਰ ਹੁੰਦੇ ਸੀ, 3 ਸਰੋਵਰ ਸੀ, ਇੱਕ ਜਨਾਨੀਆਂ ਦਾ, ਇੱਕ ਆਦਮੀਆਂ ਦਾ, ਇੱਕ ਵਿਚਾਲੇ ਬੜਾ ਸਰੋਵਰ ਸੀ ਜਿੱਥੇ ਹੁਣ ਦੀਵਾਨ ਟੋਡਰਮੱਲ ਹਾਲ ਬਣਿਆ। ਇਹਦੀ ਤਕਰੀਬਨ ਮੇਰੇ ਖਿਆਲ ਜਿੱਡਾ ਗੁਰਦੁਆਰਾ ਆਪਣਾ ਸਰੋਵਰ ਤਰਨ ਤਾਰਨ ਸਾਹਿਬ ਹੈ, ਉੱਡਾ ਹੀ ਇਹ ਸਰੋਵਰ ਸੀ ਜੀ। ਅੱਛਾ, ਇਹ ਜਿਹੜਾ ਪਹਿਲਾਂ ਜੇ ਆਪਾਂ ਕਹੀਏ, ਕਿਉਂਕਿ ਸੂਬੇ ਦੀ ਕਚਹਿਰੀ ਕਿਹਾ ਜਾਂਦਾ ਸੀ, ਹਾਂਜੀ, ਉੱਥੋਂ ਥੋੜ੍ਹਾ ਜਿਹਾ ਦੱਸੋ ਇਤਿਹਾਸ ਦੇ ਵੇਰਵੇ ਵੀ ਮਿਲਦੇ ਆ, ਕਹਿੰਦੇ ਕਾਗਜ਼ਾਂ 'ਚ ਵੀ ਸਾਰਾ ਮਿਲਦਾ ਵੀ ਕਿੱਥੇ ਕਿੱਥੇ, ਕਹਿੰਦੇ ਜਿੱਥੇ ਹੁਣ ਉੱਚਾ ਟਿੱਲਾ ਟਾਈਪ ਆ ਉਹਦੇ ਥੱਲੇ ਵੀ ਕਮਰੇ ਹੈਗੇ ਆ, ਆਲੇ ਦੁਆਲੇ ਦਾ ਸਰੂਪ ਕੀ ਹੁੰਦਾ ਸੀਗਾ? ਆਲੇ ਦੁਆਲੇ ਜੀ ਪਹਿਲਾਂ ਜਿੰਨੇ ਵੀ ਮਤਲਬ ਸਾਡੇ ਇੱਥੋਂ ਸਾਰੀਆਂ ਤਕਰੀਬਨ ਕੌਮਾਂ ਦੇ ਲੋਕ ਇੱਥੇ ਰਹਿੰਦੇ ਸੀ, ਜਿਵੇਂ ਹੁਣ ਆਪਣਾ ਬਾਕੀ ਜਾਤਾਂ ਦੇ ਨੇ, ਉਹ ਫਿਰ ਜਦੋਂ ਰਾਜੇ ਨੇ ਇੱਥੇ ਹੁਕਮ ਕੀਤਾ ਵੀ ਤੁਸੀਂ ਜੇ ਤਾਂ ਛੱਡ ਕੇ ਚਲੇ ਜਾਓਗੇ ਫਿਰ ਤਾਂ ਬੈਟਰ ਹੈ, ਵੀ ਤੁਹਾਨੂੰ ਹੋਰ ਜਗ੍ਹਾ ਮਿਲ ਜੂਗੀ, ਨਹੀਂ ਵੀ ਤੁਹਾਡਾ ਸਮਾਨ ਵਿੱਚੇ ਦੱਬਦਾ ਜਾਊਗਾ। ਅੱਛਾ, ਉਹਨਾਂ ਨੇ ਫਿਰ ਉਹ ਟੈਂਕਾਂ ਦੇ ਨਾਲ ਜਿਹੜੇ ਹੁਣ ਲੋਕ ਸਿਆਣੇ ਸੀ ਉਹ ਆਪਣਾ ਸਮਾਨ ਲੈ ਕੇ ਨਿਕਲ ਗਏ, ਜੇ ਜਿਹਨੇ ਨਹੀਂ ਮੈਂ ਚੱਕਿਆ ਉਹ ਫਿਰ ਪਿੱਛੇ। ਵਜ਼ੀਰ ਖਾਨ ਨੇ ਮਤਲਬ ਨਾ ਵਜ਼ੀਰ ਖਾਨ ਮਹਾਰਾਜਾ ਪਟਿਆਲਾ ਜਿਹੜਾ ਸੀ ਨਾ, ਕਿਉਂਕਿ ਯਾਦਵਿੰਦਰ ਸਿੰਘ ਜਿਹੜੀ ਦਰਸ਼ਨ ਡਿਊਟੀ ਬਣੀ ਵੀ ਹੈ ਉਹ ਵੀ ਯਾਦਵਿੰਦਰ ਸਿੰਘ ਦੇ ਨਾਂ 'ਤੇ ਬਣੀ ਹੋਈ ਹੈ। ਅਤੇ ਮਹਾਰਾਜ ਨੇ ਕਿਉਂ ਦਿੱਤਾ ਆਰਡਰ ਉਦੋਂ ਵੀ ਜਾਂ ਲੈ ਜਾਓ ਜਾਂ ਫਿਰ ਅਸੀਂ ਉਹ ਕਰ ਦਾਂਗੇ? 47 ਤੋਂ ਤਕਰੀਬਨ 5 ਸਾਲ ਬਾਅਦ, ਜਦੋਂ 47 ਅਸੀਂ ਲੋਕ 49 'ਚ ਇੱਥੇ ਆਏ ਨਾ, 47 'ਚ ਵੰਡ ਹੋਈ ਹੈ, ਮੁਸਲਮਾਨ ਜਿਹੜੇ ਇੱਥੇ ਆਪਣੇ ਉਹ ਪਾਕਿਸਤਾਨ ਚਲੇ ਗਏ, ਉਹਦੇ ਵਾਲੇ ਇੱਧਰ ਆ ਗਏ ਆਪਣੇ ਜੀ, ਇਹ 47 ਤੋਂ ਬਾਅਦ ਦੀ ਗੱਲ ਆ ਨਾ। ਤਾਂ ਮਹਾਰਾਜ ਨੇ ਮੁਸਲਮਾਨਾਂ ਨੂੰ ਕਿਹਾ ਉਦੋਂ ਜਾਣ ਲਈ ਵੀ? ਨਾ 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 ਨਾ, ਜਿਹੜੇ ਆਪਣੇ ਫਤਿਹਗੜ੍ਹ ਫਤਿਹਗੜ੍ਹ ਸਾਹਿਬ ਇੱਕ ਬਹੁਤ ਤਕੜਾ ਪਿੰਡ ਸੀ ਜੀ, ਉੱਥੇ ਸਾਰੀਆਂ ਕੌਮਾਂ ਦੇ ਲੋਕ ਰਹਿੰਦੇ ਸੀ, ਕਿਉਂਕਿ ਇਹਨਾਂ ਨੇ ਫਿਰ ਹੁਣ ਵਿੱਚੋਂ ਤਾਂ ਗੱਲ ਇਹ ਹੈ ਵੀ ਇਹ ਲੋਕ ਸੇਵਾ ਛੱਡ ਗਏ ਸੀ, ਸੇਵਾ ਛੱਡ ਗਈ ਸੀ ਮਤਲਬ ਜਿਵੇਂ ਹੁਣ ਪੈਸੇ ਦੇ ਲਾਲਚ ਫਸ ਗਏ ਜਿੰਨੇ ਵੀ ਪੁਜਾਰੀ ਸੀ, ਸੇਵਾ ਛੱਡਣ ਕਰਕੇ ਫਿਰ ਰਾਜੇ ਨੇ ਕਿਹਾ ਵੀ ਜਦ ਤੁਸੀਂ ਸੇਵਾ ਨਹੀਂ ਕਰਦੇ ਫਿਰ ਤੁਹਾਡੇ ਰਹਿਣ ਦਾ ਕੋਈ ਹੱਕ ਨਹੀਂ।
ਸਾਡੇ ਬਜ਼ੁਰਗ ਵੀ ਵਿੱਚ ਸੀ, ਇਹ ਨਹੀਂ ਹੈ ਵੀ ਸਾਡੇ ਬਾਹਰ ਨਹੀਂ ਸੀ। ਸਾਰੀਆਂ ਚਾਰੇ ਪੰਜ ਪੱਤੀਆਂ ਬਣੀਆਂ ਸੀ, ਸਭ ਦੇ ਹਿੱਸੇ ਪੱਤੀ ਆਉਂਦੀ ਸੀ। ਅੱਛਾ, ਪੈਸੇ ਇਕੱਠੇ ਕਰਨ, ਪੈਸੇ ਇਕੱਠੇ ਹੁੰਦੇ, ਵਿੱਚੇ ਪੈਸੇ ਆਉਂਦੇ, ਵਿੱਚੇ ਪ੍ਰਸਾਦ ਇਕੱਠੇ ਹੁੰਦਾ ਸੀ। ਕਿਉਂਕਿ ਅੱਗੇ ਰੁਪਈਏ ਤਾਂ ਹੁੰਦੇ ਨੀ ਸੀ, ਅੱਗੇ ਤਾਂ ਭਾਣੇ ਹੁੰਦੀ ਸੀ, ਅਠਿਆਨੀ ਚੁਆਨੀ ਦੁਆਨੀ ਇਹ ਚੀਜ਼ਾਂ ਹੁੰਦੀਆਂ ਸੀ। ਅੱਛਾ, ਜੋੜ ਮੇਲਾ ਕਦੋਂ ਪਹਿਲੀ ਵਾਰ ਜਦੋਂ ਭਰਨਾ ਸ਼ੁਰੂ ਹੋਇਆ? ਕਹਿੰਦੇ ਵੀ ਮਹਾਰਾਜਾ ਪਟਿਆਲਾ ਦਾ ਇੱਡੀ ਪਹਿਲ ਕਦਮੀ ਸੀ ਉਹਨਾਂ ਦਾ। ਬਿਲਕੁਲ ਬਿਲਕੁਲ, ਇਹ ਕਿਹੜੇ ਸੰਚ ਕੋਈ ਪਤਾ, ਕੋਈ ਯਾਦ ਕਦੋਂ ਪਹਿਲੀ ਵਾਰ ਕਦੋਂ ਲੱਗਿਆ, ਕੋਈ ਬਜ਼ੁਰਗ ਦੱਸਦੇ ਹੋਣਗੇ? ਇਹ ਤਕਰੀਬਨ ਮੇਰੇ ਖਿਆਲ ਜੀ 53-54 ਦੇ ਵਿੱਚ ਆਈ ਹੈ ਪਹਿਲੀ ਵਾਰ ਲੱਗਿਆ। ਹਾਂ, ਉਹ ਲੈ ਕੇ ਆਏ ਕਹਿੰਦੇ ਰਾਜਾ ਚੱਲੇ ਸੀ ਉੱਥੋਂ, ਗੁਰੂ ਗ੍ਰੰਥ ਸਾਹਿਬ ਲੈ ਕੇ ਆਪ ਉੱਥੋਂ ਆਉਂਦਾ ਸੀ, ਹਾਥੀ ਦੇ ਨਾਲ ਆਉਂਦਾ ਸੀ। ਬਾਅਦ ਤਾਂ ਫਿਰ ਰਾਜ ਉਹਦੇ ਆਉਣ ਲੱਗ ਗਿਆ ਆਪਣੇ ਹੈਲੀਕਾਪਟਰ ਪਰ। ਪਹਿਲਾਂ ਆਪ ਉਹ ਸੇਵਾ ਚੌਰ ਆਪ ਕਰਦਾ ਸੀ, ਚੌਰ ਆਪ ਕਰਦਾ ਸੀ ਜਦੋਂ ਨਗਰ ਕੀਰਤਨ, ਜਦੋਂ ਨਗਰ ਕੀਰਤਨ ਨਿਕਲਦਾ ਸੀ ਨਾ, ਚੌਰ ਆਪ ਕਰਦਾ ਸੀ ਮਹਾਰਾਜਾ ਯਾਦਵਿੰਦਰ ਸਿੰਘ, ਉਹਦੇ ਨਾਂ 'ਤੇ ਦਰਸ਼ਨ ਡਿਊਟੀ ਬਣੀ ਹੋਈ ਸੀ। ਤਾਂ ਉਹ ਉਹਨਾਂ ਨੇ ਮੇਲਾ ਸ਼ੁਰੂ ਕੀਤਾ? ਹਾਂਜੀ ਹਾਂ, ਉਹਨੇ ਮੇਲਾ ਕੀਤਾ। ਸਭਾ ਤਾਂ ਪਹਿਲੇ ਵੀ ਚੱਲਦੀ ਸੀ ਮਾੜੀ ਮੋਟੀ, ਪਰ ਇਹ ਨਹੀਂ ਸੀ ਲੋਕਾਂ ਨੂੰ ਇਸ ਤਰ੍ਹਾਂ ਦੀ ਕੋਈ ਨੌਲੇਜ ਨਹੀਂ ਸੀ ਵੀ ਜਿਵੇਂ ਕੋਈ ਆਏ 10 ਬੰਦੇ ਆ ਕੇ 20 ਬੰਦੇ ਗਏ। ਤਕਰੀਬਨ 30-35 ਸਾਲ ਤੋਂ ਜ਼ਿਆਦਾ ਰਸ਼ ਹੋਣ ਲੱਗਿਆ ਜੀ, ਪਹਿਲਾਂ ਨਹੀਂ ਸੀ ਇੰਨਾ। ਤੁਸੀਂ ਬਦਲਦਾ ਕੀ ਦੇਖਿਆ? ਇੱਕ ਤਾਂ ਆਪਾਂ ਕਹਿੰਦਾ ਬਿਲਡਿੰਗਾਂ ਬਦਲਤੀਆਂ, ਹੋਰ ਕੀ ਲੋਕਾਂ ਨੂੰ ਕਿਵੇਂ ਬਦਲਦਾ ਦੇਖਿਆ ਤੁਸੀਂ? ਇੱਕ ਦੌਰ ਤੁਸੀਂ ਕਹਿੰਦੇ ਉਹ ਲਾਲਚੀ ਹੋ ਗਈ, ਫਿਰ ਇੱਕ ਦੌਰ ਹੈਗਾ ਫਿਰ ਮੁੜ ਕੇ ਸਾਡੇ ਵਾਲੀ ਪੀੜ੍ਹੀ ਆਉਣ ਲੱਗ ਗਈ, ਹੁਣ ਹੋਰ ਵੀ ਨਵੀਂ ਪੀੜ੍ਹੀ ਆ ਰਹੀ ਆ, ਤੁਸੀਂ ਕੀ ਬਦਲ 3-4 ਪੀੜ੍ਹੀਆਂ ਦੇਖ ਲਈਆਂ ਹੋਣਗੀਆਂ, ਕੀ ਬਦਲਦਾ ਦੇਖਿਆ? ਅਸੀਂ ਤਾਂ ਇਹ ਆਏ ਹਾਂ ਵੀ ਤਕਰੀਬਨ ਸਿੱਖੀ ਦੇ ਨਾਲ ਇਹਨਾਂ ਨੇ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ, ਕਿਉਂਕਿ SGPC ਨੂੰ ਸਭ ਤੋਂ ਮੇਨ ਮੁੱਦਾ ਤਾਂ ਇਹਨਾਂ ਦਾ ਸਿੱਖੀ ਵੱਲ ਧਿਆਨ ਸੀ, ਇਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ, ਸਿਰਫ ਸਿਆਸਤ ਕਿ ਨਹੀਂ ਇਹਨਾਂ ਧਿਆਨ ਦਿੱਤਾ, ਜਿਹਦੇ ਕਰਕੇ ਸਿੱਖੀ ਦੇ ਵਿੱਚ ਇੰਨੀ ਗਿਰਾਵਟ ਆ ਚੁੱਕੀ ਸੀ। ਇਹ ਤਾਂ ਹੁਣ ਤੁਸੀਂ ਮਾੜੇ ਮੋਟੇ ਬੰਦੇ ਸਿੱਖ ਬਣ ਲੱਗੇ ਨੇ, ਪਹਿਲਾਂ ਤਾਂ ਤੁਹਾਨੂੰ ਉੱਥੇ ਗੁਰਦੁਆਰਾ ਸਾਹਿਬ 'ਚ ਤੁਹਾਨੂੰ ਕੋਈ ਮਿਲਦਾ ਨਹੀਂ ਸੀ ਇਸ ਤਰ੍ਹਾਂ ਦਾ ਕੋਈ। ਜਦੋਂ ਉਹਨਾਂ ਨੇ ਬਾਬਾ ਆਪਣੇ ਜ਼ੋਰਾਵਰ ਫਤਿਹ ਸਿੰਘ ਦਾ 400 ਸਾਲਾਂ ਮਨਾਇਆ ਨਾ, ਉਦੋਂ ਸੰਗਤ ਆਈ ਸੀ ਹਜ਼ੂਰ ਸਾਹਿਬ ਤੋਂ। ਉਹ ਸੰਗਤ ਜਦੋਂ ਆਪਣੇ ਜਿੱਥੇ ਹੁਣ ਆਪਣਾ ਮਾਤਾ ਗੁਜਰੀ ਕਾਲਜ ਦਾ ਗਰਾਊਂਡ ਹੈ ਉੱਥੇ ਇਹਨਾਂ ਦਾ ਟੈਂਟ ਲੱਗਿਆ ਹੋਇਆ ਸੀ, ਇਹਨਾਂ ਦਾ ਦੀਵਾਨ। ਉਹਨਾਂ ਨੇ ਕਿਹਾ ਵੀ ਸਾਨੂੰ ਮਤਲਬ ਸਟੇਜ 'ਤੇ ਬੈਠਣ ਦੀ ਇਜਾਜ਼ਤ ਦਿੱਤੀ ਜਾਵੇ, ਪਰ ਉਦੋਂ ਬਲਦ ਸਨ ਬਸਤਰ 'ਚ ਬਾਦਲ ਸੀ, ਇਹਨਾਂ ਨੇ ਬਹਿ ਨਹੀਂ ਦਿੱਤਾ। ਉਹਨਾਂ ਨੇ ਮਤਲਬ ਫਿਰ ਇੰਨੀ ਨਾ ਪ੍ਰਗਵੱਤ ਕਰੀ, ਜੇ ਕਹਿੰਦੇ ਤੁਸੀਂ ਸਿੱਖੀ ਦੇਖਣੀ ਨਾ, ਸਿੱਖੀ ਦੇਖੋ ਆ ਕਿ ਹਜ਼ੂਰ ਸਾਹਿਬ ਤੁਸੀਂ ਜੜ ਦੇ ਵਿੱਚ ਬੈਠੇ ਹੈ, ਤੁਹਾਡੇ ਸਿੱਖੀ ਦਾ ਨਾਂ ਨਿਸ਼ਾਨ ਵੀ ਹੈ ਨਹੀਂ ਉਰੇ। ਦੱਸੋ ਤੁਹਾਡੇ ਕਿੰਨੇ ਕੁ ਬੰਦੇ ਅੰਮ੍ਰਿਤਧਾਰੀ ਹੈ, ਕਿੰਨੇ ਕੁ ਬੰਦੇ ਸਹਿਜਧਾਰੀ ਹੈ, ਕਿੰਨੇ ਕੁ ਬੰਦਿਆਂ ਨੂੰ 10-12 ਸਜਾਈਆਂ ਨੇ। ਇੱਕ ਇਹਨਾਂ ਨੇ ਇੱਕ ਆਪਣਾ ਹੁਣੇ ਨਵਾਂ ਗੁਰਦੁਆਰਾ ਸਾਹਿਬ ਬਣਾ ਲਿਆ ਪੈਸੇ ਇਕੱਠੇ ਕਰਨ ਖਾਤਰ, ਆ ਜਿਹੜਾ ਹੁਣ ਕੀ ਉਹ ਬਣਾਇਆ ਜਿਹੜਾ ਇਹਨੇ ਰੱਥ ਸਾਹਿਬ। ਹਾਲਾਂਕਿ ਕੋਈ ਨਹੀਂ ਸੀ ਉੱਥੇ, ਸਿਰਫ ਇੱਕ ਬੰਦੇ ਦੀ ਆਪਣੀ ਮੋਟਰ ਸੀ, ਉੱਥੇ ਇਹਨਾਂ ਨੇ ਨਵਾਂ ਗੁਰਦੁਆਰਾ ਸਾਹਿਬ ਬਣਾ ਦਿੱਤਾ। ਉਹ ਰੱਥ ਸਾਹਿਬ ਵੀ ਬਾਬਾ, ਹਾਂਜੀ ਹਾਂ, ਇਹਨਾਂ ਨੇ ਆਪਣੇ ਕਰਜ਼ੇ ਵਾਲਾ ਨੇ ਜੀ, ਤਕਰੀਬਨ ਮੇਰੇ ਖਿਆਲ ਸਾਲ ਵੀ ਨਹੀਂ ਹੋਇਆ ਵਾਲੇ। ਹਾਂ, ਉਹਦੇ ਅੰਡਰ ਹੈ ਜੀ, ਇਹ ਆਪਣਾ ਰੋਸਰੀ ਦੇ ਸਾਹਮਣੇ ਹੈ ਜੀ। ਫਿਰ ਇਹਨਾਂ ਨੇ ਜਿਹੜਾ ਆਪਣਾ ਦੀਵਾਨ ਟੋਡਰਮੱਲ ਹੈ, ਦੀਵਾਨ ਮੋਤੀ ਆ ਮਹਿਰਾ, ਅਤੇ ਉਹਦਾ ਮਤਲਬ ਜਿਹੜੀ ਆਪਣੀ ਇਹਦੀ ਬਿਲਡਿੰਗ ਹੈ ਉਹਨੂੰ ਤਕਰੀਬਨ ਮੇਰੇ ਖਿਆਲ 15 ਸਾਲ ਹੋ ਗਏ ਮੈਨੂੰ ਦੇਖਦੇ, ਇਹਨੂੰ SGT 'ਚ ਖੜ੍ਹੀ ਹੈ। ਆਉਂਦੇ ਹੈ ਰੁਪਈਆ 5-4 ਲੱਖ 10 ਲੱਖ ਰੁਪਈਆ ਬਣਿਆ ਲੈ ਗਏ। ਚਲੋ ਜੀ, ਦੇਖੇ ਤੁਸੀਂ? ਹਾਂ, ਦੇਖੀਏ। ਇਹ ਵੀ ਕਿਹਾ ਜਾਂਦਾ ਵੀ ਜਿਹੜੇ ਦੀਵਾਨ ਟੋਡਰਮੱਲ ਸੀ, ਚਾਹੇ ਆਪਣਾ ਮੋਤੀਰਾਮ ਮਹਿਰਾ ਜੀ ਸੀਗੇ, ਹਾਂਜੀ, ਜਿਹੜੇ ਇਸ ਤਰ੍ਹਾਂ ਦੇ ਸ਼ਖਸ ਸੀ ਬਾਕੀ ਧਰਮਾਂ ਦੇ ਬਾਕੀ ਕਾਸਟਾਂ ਦੇ, ਕਹਿੰਦੇ ਉਹਨੂੰ ਕਿਤੇ ਨਾ ਕਿਤੇ ਇਗਨੋਰ ਕੀਤਾ ਗਿਆ, ਇਹ ਸੱਚ ਹੈ? ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਮੋਤੀਰਾਮ ਮਹਿਰਾ ਦਾ ਵੀ ਉੱਥੇ ਨਾਲ ਹੁੰਦਾ ਸੀ, ਉਹ ਚੱਕ ਕੇ। ਹਾਂਜੀ ਹਾਂ, ਉੱਥੇ ਦੀਵਾਨ ਮੋਤੀਰਾਮ ਮਹਿਰੀ ਦੇ ਨਾਮ 'ਤੇ ਦੀਵਾਨ ਚੱਲਦਾ ਹੁੰਦਾ ਸੀ ਜੀ।
ਜਿੱਥਾਂ ਠੰਡੇ ਬੁਰਜ ਦੇ ਨਾਲ ਉੱਥੇ ਜਿਹੜਾ ਦੀਵਾਨ ਚੱਲਦਾ ਸੀ ਨਾ ਉਹ ਮੋਤੀ ਰਾਮ ਮਹਿਰੇ ਦੀ ਦੀਵਾਨ ਹੁੰਦਾ ਸੀ। ਉੱਥੋਂ ਫਿਰ ਉਹਨਾਂ ਨੂੰ ਇਹਨਾਂ ਨੇ ਜਗ੍ਹਾ ਨਹੀਂ ਦਿੱਤੀ ਐਗਜੀਬਿਸ਼ਨ ਵਾਲਿਆਂ ਨੇ, ਉਹਨਾਂ ਫਿਰ ਆਪਣੀ ਜਗ੍ਹਾ ਲੈ ਕੇ ਆਪਣਾ ਗੁਰਦੁਆਰਾ ਸਾਹਿਬ ਬਣਾਇਆ। ਮਤਲਬ ਇਹਨਾਂ ਨੇ ਉਸ ਬੰਦੇ ਦੀ ਕੁਰਬਾਨੀ ਨੂੰ ਇਗਨੋਰ ਕਰਤਾ, ਬਾਕੀ ਦੀਵਾਨ ਟੋਡਰਮੱਲ ਦੀ ਉਹਦੀ ਵੀ ਕੁਰਬਾਨੀ ਨੂੰ ਇਗਨੋਰ ਕਰਤਾ ਇਹਨੇ। ਹਾਲਾਂਕਿ ਇਹਨਾਂ ਦਾ ਸਭ ਤੋਂ ਪਹਿਲਾਂ ਫਰਜ਼ ਬਣਦਾ ਸੀ ਇਹਨਾਂ ਦੀ ਜਾਇਦਾਦ ਬਣਾਉਣ ਦਾ, ਲੇਕਿਨ ਦੇਖੋ 500 ਸਾਲ 400 ਸਾਲ ਬੀਤ ਗਏ। ਸਿੱਖੀ ਤਾਂ ਯਾਦ ਹੀ ਦੇਖੋ, ਗੁਰੂ ਸਾਹਿਬ ਨੇ ਚਾਰੇ ਦਰ ਹਰਿਮੰਦਰ ਸਾਹਿਬ ਦੇ ਖੁੱਲ੍ਹੇ ਰੱਖੇ, ਸਿੱਖੀ ਦੀ ਧਾਰਾ ਹੀ ਇਹ ਸਭ ਨੂੰ ਪਿਆਰ ਕਰੋ ਸਭ। ਦੇਖੋ ਹੋਰ ਤੁਸੀਂ ਦੇਖੋ ਐਸ ਜੀ ਪੀ ਸੀ ਦੇ ਬਾਦਲ ਮੇਰੇ ਖਿਆਲ 3 ਵਾਰੀ ਆਪਣਾ ਪੰਜਾਬ ਦਾ ਸੀ ਐੱਮ ਰਿਹਾ, ਲੇਕਿਨ ਉਹਨੇ ਫਤਿਹਗੜ੍ਹ ਸਾਹਿਬ ਵੱਲ ਬਿਲਕੁਲ 1% ਵੀ ਧਿਆਨ ਨਹੀਂ ਦਿੱਤਾ। ਜੇ ਜ਼ਿਲ੍ਹਾ ਬਣਾਇਆ ਤਾਂ ਕਾਂਗਰਸ ਨੇ ਬਣਾਇਆ, ਜੇ ਚਾਰੇ ਗੇਟ ਬਣਾਏ ਤਾਂ ਕਾਂਗਰਸ ਨੇ ਬਣਾਇਆ। ਪਰ ਉਹ ਕਹਿੰਦੇ ਹੈਗੇ ਕਿ ਜਦੋਂ ਕੋਈ ਹੁਣ ਅੱਜ ਕੱਲ੍ਹ ਪ੍ਰਕਾਸ਼ ਸਿੰਘ ਬਾਦਲ ਤਾਂ ਚਲੇ ਗਏ, ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕੋਈ ਗੱਲ ਆਵੇ ਸਾਨੂੰ ਬਿਨਾਂ ਗੱਲ ਤੋਂ ਟਾਰਗੇਟ ਕਰਨ ਲੱਗ ਜਾਂਦੇ ਹੋ, ਅਸੀਂ ਤਾਂ ਬਹੁਤ ਪੰਥ ਦੀ ਸੇਵਾ ਕੀਤੀ ਹੈ ਸਾਨੂੰ ਬਿਨਾਂ ਗੱਲ ਤੋਂ ਟਾਰਗੇਟ ਕਰਦੇ। ਸੇਵਾ ਵਾਲੇ ਦਾ ਮਸਲਾ ਹੈ ਉਹ ਨਹੀਂ ਯਾਰ, ਸੇਵਾ ਤਾਂ ਹੁਣ ਦੇਖੋ ਸਿਆਸਤ ਤੋਂ ਉੱਪਰ ਆ ਧਰਮ ਥੱਲੇ ਆ। ਹਰੇ ਕਿਹਾ ਮਤਲਬ ਧਰਮ ਹੋਣਾ ਚਾਹੀਦਾ, ਸਿਆਸਤ ਥੱਲੇ ਹੋਣੀ ਚਾਹੀਦੀ ਹੈ। ਪਰ ਉਹ ਤਾਂ ਸਾਰੇ ਹੀ ਕਰਦੇ ਆ ਫਿਰ, ਸੁਖਵਿੰਦਰ ਜੀ ਜਿਹੜਾ ਮੈਂ ਇਹਨਾਂ ਤੋਂ ਸਵਾਲ ਪੁੱਛਿਆ ਸੀਗਾ ਮਾਈਕ ਦੇ ਉਹਨਾਂ ਨੂੰ, ਜਿਹੜਾ ਮੈਂ ਇਹਨਾਂ ਤੋਂ ਸਵਾਲ ਪੁੱਛਿਆ ਸੀਗਾ ਕਿ ਤੁਸੀਂ ਕੀ ਬਦਲਦਾ ਦੇਖਿਆ ਗਾ ਜਿਵੇਂ ਤੁਹਾਡੀ ਹੈ ਨਾ ਜਵਾਨੀ ਤੋਂ ਲੈ ਕੇ ਹੁਣ ਤੱਕ, ਹਨਾ, ਲੋਕਾਂ ਦੇ ਰੂਪ ਚ, ਇੱਕ ਤਾਂ ਬਿਲਡਿੰਗਾਂ ਦੇ ਰੂਪ ਚ ਹੋ ਗਿਆ, ਲੋਕਾਂ ਦੇ ਰੂਪ ਚ, ਜਾਂ ਬਾਕੀ ਕੀ ਦੇਖਿਆ ਤੁਸੀਂ ਵੀ ਆਹ ਚੀਜ਼ਾਂ, ਜਿਵੇਂ ਹੁਣ ਮੁੰਡੇ ਅੱਜ ਕੱਲ੍ਹ ਡੀਜੇ ਵਾਲਾ ਕੰਮ ਆ ਗਿਆ, ਹੋਰ ਆ ਗਿਆ, ਕਿਹੜਾ ਦੌਰ ਬਹੁਤ ਮਾੜਾ ਸੀ, ਕਿਹਨੇ ਠੀਕ ਕੀਤਾ ਫਿਰ ਉਹ? ਤੁਸੀਂ ਕਹਿੰਦੇ ਡੀਸੀ ਸਾਹਿਬ ਆਏ ਸੀ, ਡੀਸੀ ਸਾਹਿਬ ਆਏ ਜੀ, ਉਹਨਾਂ ਨੇ ਬਹੁਤ ਵੱਡਾ ਪਰ ਕਿਹੜੇ ਡੀ ਸਾਹਿਬ ਸੀ? ਆਲੂਵਾਲੀਆ ਜੀ, ਆਲੂਵਾਲੀਆ। ਤੇ ਉਹਨਾਂ ਨੇ ਬਹੁਤ ਵੱਡਾ ਕੀਤਾ, ਜਿਹੜੇ ਆਮ ਡੀਜੇ ਲਾਉਂਦੇ ਸੀ, ਸਪੀਕਰ ਲਾਉਂਦੇ ਸੀ, ਤੇ ਜਿਹੜੀਆਂ ਆਮ ਦੁਕਾਨਾਂ ਲਾਉਂਦੇ ਸੀ, ਇਹਨਾਂ ਤੇ ਬਹੁਤ ਪ੍ਰਭਾਵ ਪਾਇਆ ਉਹਨਾਂ ਨੇ। ਤੇ ਉਹਨਾਂ ਨੇ ਬਹੁਤ ਸਿੱਖੀ ਕੰਨੀ ਧਿਆਨ ਦਿੱਤਾ ਡੀਸੀ ਸਾਹਿਬ ਨੇ, ਇਹ ਉਦੋਂ ਤੋਂ ਕੋਈ ਨਾ ਕੋਈ ਸੁਧਾਰ ਹੋਇਆ। ਜਿਵੇਂ ਤੁਸੀਂ ਕਹਿ ਰਹੇ ਪਹਿਲਾਂ ਗੱਡਿਆਂ 'ਚ ਆਉਂਦੇ ਹੁੰਦੇ ਸੀ ਲੋਕ, ਗੱਡਿਆਂ 'ਚ? ਹਾਂਜੀ, ਥੋੜ੍ਹਾ ਸੁਣਾਓ ਕਿਵੇਂ, ਮਤਲਬ ਗੱਡਿਆਂ 'ਚ ਆਉਂਦੇ ਸੀ, ਪਹਿਲਾਂ ਹੀ ਆ ਜਾਂਦੇ ਸੀ ਮੇਲ ਜੋੜ ਮੇਲ ਸ਼ੁਰੂ ਹੋਣ ਤੋਂ ਪਹਿਲਾਂ ਸਭਾ ਤੋਂ? ਹਾਂਜੀ, ਉਹ ਪਹਿਲਾਂ ਆ ਜਾਣਾ, ਉਹਨਾਂ ਨੇ ਇੱਥੇ ਹੀ ਰਹਿਣਾ ਉਨੇ ਦਿਨ, ਨਾਲ ਉਹਨਾਂ ਨੇ ਪੱਠੇ ਲਿਆਉਣੇ, ਨਾਲ ਹੀ ਸੰਗਤ ਆਉਣੀ, ਅਤੇ ਉੱਥੇ ਹੀ ਉਹਨਾਂ ਨੇ ਸਾਰਾ ਕੁਛ ਆਪਣਾ ਬੈਠਣਾ, ਅਤੇ ਸਾਰਾ ਦਿਨ ਉਸ ਦਿਨ ਹੀ ਉੱਥੇ ਹੀ ਸੇਵਾ ਕਰਨੀ ਉਹਨਾਂ ਨੇ। ਤਾਂ ਗੱਡਿਆਂ 'ਚ ਆਉਂਦੇ ਤੁਸੀਂ ਲੋਕ? ਗੱਡਿਆਂ 'ਚ ਆਉਂਦੇ ਸੀ, ਗੱਡੇ ਗੱਡੇ ਆਪਣੇ ਉੱਥੇ ਖੜਾ ਦੇਣੇ, ਗੱਡਿਆਂ ਦੇ ਵਿੱਚ ਪੱਠੇ, ਸਾਰਿਆਂ ਪੱਠੇ ਪਾਈ ਜਾਣੇ। ਉਦੋਂ ਦੀ ਸੰਗਤ ਤੇ ਹੁਣ ਦੀ ਸੰਗਤ 'ਚ ਕੀ ਫਰਕ ਹੈ ਜੀ ਆਪਾਂ ਗੱਲ ਕਰੀਏ? ਬੜਾ ਫਰਕ ਹੈ ਜੀ। ਕਿ ਜਿਵੇਂ ਮੰਨ ਲਓ, ਹਾਂਜੀ, ਅਤੇ ਉਹਨਾਂ ਨੂੰ ਸ਼ਰਧਾ ਬੜੀ ਹੁੰਦੀ ਸੀ ਜੀ, ਹੁਣ ਤਾਂ ਆਏ ਚਲੇ ਗਏ, ਆਏ ਚਲੇ ਗਏ, ਹੁਣ ਉਹ ਗੱਲ ਹੈ ਨਹੀਂ ਅੱਗੇ ਵਾਲੀ, ਹੁਣ ਤਾਂ ਰੀਲ ਪਾਉਣ ਲਈ ਆ ਜਾਂਦੇ ਨੇ ਵੀ ਆਪਾਂ ਵੀਡੀਓ ਪਾ ਦਾਂਗੇ ਫੇਸਬੁੱਕ ਤੇ। ਫਾਰਮੈਲਿਟੀ, ਹਾਂਜੀ, ਉਹਨਾਂ 'ਚ ਸ਼ਰਧਾ ਹੁੰਦੀ ਸੀ, ਆ ਕੇ ਸੇਵਾ ਵੀ ਕਰਦੇ ਸੀ, ਦੁਆਨ ਸੁਣਦੇ ਸੀ, ਦੁਆਨ ਬਹੁਤ ਲੱਗੇ ਹੁੰਦੇ ਸੀ। ਤੁਸੀਂ ਇੱਕ ਹੁਣ ਚਲੋ ਗੱਲ ਤੋਰੀ ਹੈ, ਵਡਿਆਈ ਵੀ ਹੈ ਨਹੀਂ ਮੇਰੇ, ਮਿਸ ਤਕਰੀਬਨ ਮੇਰੇ 35-40 ਸਾਲ ਹੋ ਗਏ ਵਿਆਹ ਹੋਏ ਨੂੰ, ਉਹ ਹੁਣ ਵੀ ਥੱਲੇ ਪੈਂਦੇ ਨੇ ਆਹ ਮਹੀਨਾ, ਆਹ ਮਹੀਨਾ ਉਹਨਾਂ ਦਾ ਆਸਣ, ਤਕਰੀਬਨ ਸ਼ਾਮ ਦੀ ਰੋਟੀ ਵੀ ਛੱਡ ਦਿੰਦੇ ਨੇ, ਖਾਂਦੇ ਹੀ ਖਾਂਦੇ। ਸਾਡੇ ਵਿੱਚ ਉਹ ਚੀਜ਼ ਨਹੀਂ ਹੈ, ਤੁਹਾਡੇ 'ਚ ਕਿਉਂ ਨਹੀਂ ਆਈ? ਕਿਉਂਕਿ ਮੈਂ ਮਤਲਬ ਸਭ ਕੁਝ ਡਰਿੰਕ ਡਰੁੰਕ ਕਰਦਾ ਸੀ, ਉਹ ਤੋਂ ਬਾਅਦ ਮਤਲਬ ਪਰਿਵਾਰ ਇਸ ਤਰ੍ਹਾਂ ਦਾ ਆਇਆ ਜਿਨ੍ਹਾਂ ਨੇ ਮਤਲਬ ਮੈਨੂੰ 1977 ਤੋਂ ਮੈਂ ਦਾਰੂ ਬਿਲਕੁਲ ਛੱਡਤੀ। 70 ਛੱਡੀ? 70 71 71 'ਚ ਨਾ
ਮਤਲਬ ਉਹ ਪਰਿਵਾਰ ਬਿਲਕੁਲ, ਜੇ ਪਿੰਡ ਆਉਣਾ ਉਹਨਾਂ ਨੇ ਪੈਦਲ ਆਉਣਾ, ਮੇਰੇ ਸਹੁਰੇ ਸਾਨੀਪੁਰ ਨੇ ਨੇੜੇ ਨੇ, ਪੈਦਲ ਆਉਣਾ ਤੇ ਪੈਦਲ ਜਾਣਾ। ਸਾਡੇ ਪਰਿਵਾਰ ਦੇ ਵਿੱਚ ਚਲੋ ਬਜ਼ੁਰਗ ਸਿੱਖ ਸੀ ਪਰ ਸਿੱਖੀ ਦਾ ਨਾਂ ਨਹੀਂ ਸੀ। ਉਹਨਾਂ ਦੇ ਆਉਣ ਨਾਲ ਮਤਲਬ ਇੰਨਾ ਪਰਿਵਾਰ 'ਤੇ ਪ੍ਰਭਾਵ ਪਿਆ, ਸਾਰਾ ਪਰਿਵਾਰ ਅੰਮ੍ਰਿਤਧਾਰੀ ਆ, ਕੋਈ ਨਸ਼ਾ ਨਹੀਂ ਕੋਈ ਨਹੀਂ। ਬਾਕੀ ਬਦਲਦਾ ਇੰਨਾ ਕੁਝ ਦੇਖਿਆ ਅਸੀਂ, ਮੈਂ ਕਹਿੰਦਾ ਵੀ ਉਹ ਲੋਕਾਂ 'ਤੇ ਸਾਡੇ ਲੋਕਾਂ 'ਚ ਜ਼ਮੀਨ ਸਮਾਨ ਦਾ ਫਰਕ ਆ ਜੀ। ਉਹ ਤਾਂ ਆ ਕੇ ਰੋਂਦੇ ਸੀ ਆ ਕੇ ਲੋਕ, ਮਾਤਮ ਆ ਵਿਦਨ ਵੀਕ ਦੀ ਗੱਲ ਹੈ, ਕੋਈ ਲੜਕੀ ਆਈ, ਮੈਂ ਭੋਰਾ ਸਾਹਿਬ 'ਚ ਬੈਠਾ ਅਤੇ ਉਹ ਲੜਕੀ ਆ ਕੇ ਮਤਲਬ ਰੋਈ ਰੋਈ ਆ ਕੇ ਜੀ, ਨਾਲੇ ਐਂ ਸਾਹਮਣੇ ਦੇਖ ਰਹੀ ਆ ਉਹ ਰੋ ਰਹੀ ਆ। ਮੈਂ ਉੱਥੇ ਸਿਰ 'ਤੇ ਹੱਥ ਰੱਖਿਆ, ਮੈਂ ਬੇਟਾ ਤੈਨੂੰ ਦਿਲੋਂ ਸਿੰਪਤੀ ਆ ਵੀ ਅੱਜ ਤੱਕ ਮੇਰੀ ਵੀ ਇੰਨੀ ਉਮਰ ਹੋ ਗਈ, ਇੰਨੇ ਸਾਲ ਜਾਂਦੇ ਨੂੰ, ਪਰ ਅੱਜ ਤੱਕ ਮੈਂ ਇਸ ਤਰ੍ਹਾਂ ਦਾ ਕੋਈ ਬੱਚਾ ਨਹੀਂ ਦੇਖਿਆ ਵੀ ਜਿਹੜਾ ਇਹ ਮਹਿਸੂਸ ਕਰੇ ਵੀ ਜਿਵੇਂ ਆਪਣੇ ਬੱਚੇ ਹੁੰਦੇ ਨੇ। ਬਹੁਤ ਕੁਝ ਦੇਖਿਆ, ਬਹੁਤ ਜ਼ਿਆਦਾ ਕੁਝ ਦੇਖਿਆ ਇੱਥੇ, ਜਿੰਨੇ ਵੀ ਮਤਲਬ ਮੱਛੀ ਮੀਟ ਦਾਰੂ ਨਗੇਜਪਣ, ਬਹੁਤ ਗੰਦ ਪਿਆ ਵਾ ਸੀ। ਮਤਲਬ ਜੇ ਕੋਈ ਜਨਾਨੀ ਵਿੱਚ ਵੜ ਗਈ ਨਾ ਭੀੜ 'ਚ, ਉਹ ਨਿਕਲ ਨਹੀਂ ਸਕਦੀ ਸੀ, ਇੰਨਾ ਹਾਲ ਸੀ। ਕਈ ਵਾਰ ਤਾਂ ਇਹ ਦੇਖਣਾ ਵੀ 10-10 ਕਰਮਾ ਮੁੰਡੇ ਚੱਕੀ ਚਲੇ ਜਾਂਦੇ ਸੀ, ਕੋਈ ਨਹੀਂ ਸਮਝਦਾ ਸੀ ਵੀ ਇਹ ਜੋੜ ਮੇਲਾ ਕੀ ਹੈ ਕਿ ਨਹੀਂ। ਹੁਣ ਇਹ ਚੀਜ਼ ਦਾ ਸੁਧਾਰ ਹੈ। ਕਿਹੜੇ ਸਾਲ ਦੀ ਗੱਲ ਹੈ ਇਹ? ਤਕਰੀਬਨ ਹੋ ਗਈ 25-25 ਕੁ ਸਾਲ 'ਚ, ਜਦ ਤੋਂ ਬਾਅਦ ਆਲੂ ਵਾਲੇ 'ਚ ਬਾਅਦ ਆਇਆ, ਉਹ ਤੋਂ ਬਾਅਦ ਸੁਧਾਰ ਹੋਇਆ 30-35 ਸਾਲ ਹੋਏ। ਜਿੰਨੇ ਵੀ ਮਤਲਬ ਉਹ ਅੱਗੇ ਹੁਣ ਤਾਂ ਜਗ੍ਹਾ ਖੁੱਲ੍ਹੀ ਜ਼ਿਆਦਾ ਹੋ ਗਈ ਸੀ ਨਾ, ਜਿਵੇਂ ਹੁਣ ਆਪਣਾ ਠੰਡੇ ਬੁਰਜ ਵਾਲੀ ਸਾਈਡ ਆ ਉਹ ਥੋੜ੍ਹੀ ਜਗ੍ਹਾ ਹੁੰਦੀ ਸੀ, ਉੱਥੇ ਜੇ ਕੋਈ ਬੰਦਾ ਲੜਕੀ ਕੋਈ ਵੜ ਗਈ ਨਾ, ਦੋ ਤਿੰਨ ਰਸਤੇ ਸੀ, ਛੋਟੇ ਛੋਟੇ ਰਸਤੇ, 5-5-7-7 ਫੁੱਟ ਹੁਣ ਤਾਂ ਜਿੰਨੀਆਂ ਮਤਲਬ ਬਿਲਡਿੰਗਾਂ ਆਲ ਦਲ ਸੀਆਂ ਸਾਰੀ ਬਿਲਡਿੰਗਾਂ ਢਾਹਤੀਆਂ ਨੇ ਜੀ। ਹੁਣ ਹੋਰ ਵੀ ਢਾਹ ਰਹੇ ਨੇ ਜਿੱਥੇ ਪ੍ਰਸ਼ਾਦ ਬਣਦਾ, ਅਗਲੀ ਵਾਰੀ ਉਹ ਵੀ ਖਤਮ ਕਰ ਦੇਣਗੇ ਮੁਰਗੇ। ਹੁਣ ਪ੍ਰਸ਼ਾਦ ਵਾਲਾ ਇੱਧਰ ਬਣਾ ਦਿੱਤਾ, ਜੋੜਖਾਨਾ ਇੱਧਰ ਬਣਾ ਦਿੱਤਾ, ਉਹ ਸਾਰੇ ਪਿਛਲੇ ਅਗਲੇ ਸਾਲ ਨੂੰ ਵੀ ਖਤਮ ਹੋ ਜਾਊਗਾ। ਨਿੰਗ ਸਿੰਘ ਦਾ ਬੂੰਗਾ ਤਾ, ਉਹਨਾਂ ਨੇ ਮਤਲਬ ਨਲਕੇ ਦਾ ਪਾਣੀ ਨਹੀਂ ਸੀ ਪੀਂਦੇ, ਉਹਨਾਂ ਨੇ ਆਪਣਾ ਖੂਹ ਆਪ ਕੱਢ ਕੇ ਆਪ ਪਾਣੀ ਆਪ ਬਣਾਇਆ, ਉਹਨੇ ਆਪ ਪਾਣੀ ਪੀਂਦੇ ਸੀ, ਨਲਕੇ ਦਾ ਪਾਣੀ ਨਹੀਂ ਪੀਂਦੇ। ਇਹ ਫਿਰ ਕਮੇਟੀ ਵਗੈਰਾ ਜਿਹੜਾ ਇੱਥੋਂ ਆਰਗੇਨਾਈਜ਼ ਕਰਦੀ ਹੈਗੀ, ਉਦੋਂ ਐਕਟਿਵ ਨਹੀਂ ਹੁੰਦੀ ਸੀ ਜਾਂ SGPC ਜਾਂ ਹੋਰ? ਉਹ ਤੋਂ ਬਿਨਾਂ ਵੀ ਬਥੇਰੀਆਂ, ਹੁਣ ਤਾਂ ਤੁਹਾਡੇ ਸ਼ਹਿਰ ਦੀਆਂ ਕਮੇਟੀਆਂ ਨੇ, ਹੋਰਾਂ ਵੀ ਕਮੇਟੀਆਂ ਨੇ ਪਿੰਡ ਦੀ ਹੋਊਗੀ। ਉਹ ਕਮੇਟੀ ਨੇ ਤਾਂ ਮਤਲਬ ਸਮਝ ਲਓ ਵੀ ਜਿੰਨਾ ਜਿਸ ਤਰ੍ਹਾਂ ਟੌੜਾ ਰਿਹਾ, ਉਹ ਤੋਂ ਬਾਅਦ ਤਾਂ ਇੰਨਾ ਨਿਘਾਰ ਆ ਗਿਆ, ਕਰੋੜ ਰੁਪਏ ਦਾ ਠੇਕਾ ਹੁੰਦਾ ਜੀ। ਜਿਹੜਾ ਬੰਦਾ 4 ਰੁਪਏ ਦੀ ਚੀਜ਼ ਲਿਆਉਂਦਾ ਉਹ ਸਾਨੂੰ 40 ਰੁਪਏ ਦੀ ਮਿਲਦੀ ਹੈ, ਕਰੂ ਵੀ ਕੀ ਬੰਦਾ? ਉਹ ਅੱਗੇ ਇਹ ਚੀਜ਼ ਨਹੀਂ ਸੀ, ਜੇ ਕੋਈ ਐਪ ਚਿਰਾ ਸੌਦਾ ਵੇਚ ਕੇ ਆਉਣਾ ਚਲੇ ਗਿਆ, 4 ਪੈਸੇ ਬਣ ਗਏ ਉਹਨੂੰ, ਹੁਣ ਪੈਸਾ ਨਹੀਂ ਥੋੜ੍ਹਾ ਬਚਾਊ ਬੰਦਾ। ਉਹ ਇੱਕ ਰੇਹੜੀ ਵਾਲੇ ਕੋਲੋਂ 1,000-1,000 ਰੁਪਇਆ ਲੈਂਦੇ ਨੇ ਉਹ, ਜਿਹਦੇ ਕੋਲੋਂ ਮੇਰੇ ਖਿਆਲ 1,000 ਰੁਪਏ ਦਾ ਸਮਾਨ ਵੀ ਨਹੀਂ ਹੁੰਦਾ। ਥੱਪੜ ਮਾਰ ਕੇ ਜ਼ਬਰਦਸਤੀ ਥੱਪੜ ਮਾਰ ਕੇ, ਇਹ ਚੀਜ਼ ਬਹੁਤ ਜ਼ਰੂਰੀ ਹੈ, ਚੀਜ਼ ਬੰਦ ਹੋਣੀ ਚਾਹੀਦੀ ਹੈ। ਇਹ ਚੀਜ਼ ਤੁਸੀਂ ਜਿੰਨੀ ਵੱਧ ਤੋਂ ਵੱਧ ਆਵਾਜ਼ ਉਠਾ ਸਕਦੇ ਹੋ। ਮਿਊਨਿਸਪਲ ਕਮੇਟੀ ਵਾਲੇ ਕਰਦੇ ਹੋਣਗੇ ਫਿਰ? ਹਾਂਜੀ, ਸ਼੍ਰੋਮਣੀ ਕਮੇਟੀ ਵਾਲੇ, ਕਮੇਟੀ ਵਾਲੇ ਠੇਕਾ ਦਿੰਦੇ ਨੇ, ਠੇਕਾ ਦਿੰਦੇ ਜੀ ਦੁਕਾਨਾਂ ਦਾ। ਹੁਣ ਆਮ ਕੋਈ ਰੇਹੜੀ ਵਾਲਾ ਖੜਾ, ਮੂੰਗਫਲੀ ਵਾਲਾ, ਜਿਹਦੇ ਕੋਲ 1,000 ਰੁਪਏ ਦਾ ਸਮਾਨ ਵੀ ਨਹੀਂ ਹੁੰਦਾ ਜੀ, ਉਹਨਾਂ ਧੱਕੇ ਨਾਲ ਪੈਸੇ ਲਿਆਉਣੇ ਨੇ। ਉਹਦੇ ਕੋਲ 1,000 ਰੁਪਏ ਦਾ ਸਮਾਨ ਵੀ ਨਹੀਂ ਹੁੰਦਾ, ਉਹ ਤੋਂ ਲੈ ਲੈਂਦੇ ਧੱਕੇ ਨਾਲ, ਕੀ ਕਰੇ ਬੰਦਾ।
ਤੁਸੀਂ ਕੀ ਦੇਖਦੇ? ਜਿਹੜੀ ਗੱਲ ਮੈਂ ਕਹਿ ਰਿਹਾ ਗਾ ਕਿ ਇਹਦੇ ਨਾਲ ਫਰਕ ਪੈਂਦਾ ਗਾ ਕਿ ਦੁਨੀਆਂ ਜਦੋਂ ਆਇਆ ਵੀ ਜੇ ਇਤਿਹਾਸ ਦੀਆਂ ਬਿਲਡਿੰਗਾਂ ਪਾਉਂਦੀਆਂ ਹੀ ਰੱਖਦੇ ਸ਼ਾਇਦ ਹੋਰ ਜ਼ਿਆਦਾ ਆਪਣੇ ਕੋਲ ਮੇਨ ਚੀਜ਼ ਤਾਂ ਆਪਣੇ ਕੋਲ ਜੇ ਆਪਣੇ ਕੋਲ ਫਰੰਟ 'ਤੇ ਕੋਈ ਚੀਜ਼ ਹੈ ਆਪਾਂ ਨੂੰ ਤਾਂ ਹੀ ਪਤਾ ਲੱਗੂ ਆਪਾਂ ਨੂੰ ਕਿਤਾਬਾਂ ਵਿੱਚ ਪੜ੍ਹਨ ਤੋਂ ਗੱਲ ਨਹੀਂ ਬਣਨੀ ਆਪਾਂ ਨੂੰ ਇਹਨਾਂ ਨੇ ਉਹ ਚੀਜ਼ਾਂ ਖਤਮ ਕਰਤੀਆਂ ਜਾਂਦੇ ਅਸੀਂ ਬੱਚਿਆਂ ਨੂੰ ਕੀ ਦੱਸਾਂਗੇ ਸਾਡੇ ਕੋਲ ਤਸਵੀਰਾਂ ਨੇ ਆਹ ਤਸਵੀਰ ਹੈ ਪਰ ਐਕਚੁਅਲ ਜਿਹੜੀ ਉਹ ਚੀਜ਼ ਹੋਣੀ ਚਾਹੀਦੀ ਉਹ ਨਹੀਂ ਹੈ ਹੁਣ ਹਸਨਾ ਨਦੀ ਸੀ ਇਤਿਹਾਸ 'ਚ ਆਉਂਦੀ ਹੈ ਸਾਡੀ ਬੈਕ ਸਾਈਡ 'ਤੇ ਨਾ ਇੱਥੇ ਮਤਲਬ ਜਿਸ ਬੱਚੇ ਨੂੰ ਕੋਈ ਸੋਕਾ ਹੁੰਦਾ ਸੀ ਨਾ ਅਸੀਂ ਛੋਟੇ ਹੁੰਦੇ ਦੇਖ ਰਹੇ ਨਹਾਉਂਦੇ ਰਹੇ ਕਿਹੜੀ ਨਦੀ ਸੀ ਹਸਨਾ ਨਦੀ ਹਸਨਾ ਨਦੀ ਹਸਨਾ ਨਦੀ ਬੈਕ ਸਾਈਡ 'ਤੇ ਹੁਣ ਉਹ ਗੰਦਾ ਨਾਲਾ ਬਣਾ ਕੇ ਛੱਡਤਾ ਆਹ ਦੇਖਦੇ ਤੁਸੀਂ ਜੇ ਕੋਈ ਬੱਚੇ ਨੂੰ ਸੋਕਾ ਹੋ ਜਾਂਦਾ ਸੀ ਨਾ ਉਹ ਬੱਚੇ ਨੂੰ ਜੜ ਦੇ ਹੇਠਾਂ ਕੱਢ ਦਿੰਦੇ ਸੀ ਦਰੱਖਤਾਂ ਜੜ ਹੁੰਦੀ ਸੀ ਹਸਨਾ ਨਦੀ ਬੱਚਾ ਠੀਕ ਹੋ ਜਾਂਦਾ ਸੀ ਅਸੀਂ ਉਹ ਜੀ ਉਹ ਵੀ ਦੇਖੀ ਅਸੀਂ ਮੱਛੀਆਂ ਫੜਦੇ ਆ ਮੇਰੇ ਟੱਕ ਲੱਗਿਆ ਹੁਣ ਵੀ ਹਸਨਾ ਨਦੀ ਦੇ ਵਿੱਚ ਮੱਛੀ ਫੜਨ ਲੱਗੇ ਮੱਛੀ ਹੱਥ ਆ ਗਈ ਉਹ ਜੜ ਚੋਂ ਨਿਕਲ ਗਏ ਸੀ ਮੱਛੀ ਭਗਾ ਕੇ ਪਿੱਛੇ ਮਾਰਿਆ ਹੁਣ ਉਹ ਚੀਜ਼ ਖਤਮ ਹੋ ਗਈ ਉਹ ਚੀਜ਼ ਖਤਮ ਇਤਿਹਾਸ 'ਚ ਤਾਂ ਹੈ ਇਹਨਾਂ ਨੇ ਉਹ ਨਦੀ ਦੇ ਤਾਂ ਮਤਲਬ ਵੀ ਸਾਰੇ ਪਾਤੇ ਗੰਦ ਪਾਤਾ ਵਿੱਚੋਂ ਅਤੇ ਜੋਤੀ ਸਰੂਪ ਸਾਹਿਬ ਦਾ ਕੀ ਸਰੂਪ ਸੀਗਾ ਮਤਲਬ ਪਹਿਲਾਂ ਉਹ ਤਾਂ ਫਰੰਟ ਸਾਈਡ ਸੀ ਉਹਨਾਂ ਦਾ ਪਹਿਲਾਂ ਗੇਟ ਉੱਲੇ ਪਾਸੇ ਬਾਕੀ ਜਗ੍ਹਾ ਬਹੁਤ ਛੋਟੀ ਸੀ ਜਗ੍ਹਾ ਬਹੁਤ ਘੱਟ ਸੀ ਉਹ ਵੀ ਬਾਹਰੋਂ ਚਾਰ ਦੀਵਾਰੀ ਸੀ ਕਿਲਾ ਟਾਈਪ ਸੀ ਜਿਵੇਂ ਆਮ ਖਾਸ ਬਾਗ ਇੱਦਾਂ ਬਾਹਰ ਦੀਵਾਰ ਸੀ ਅੰਦਰ ਸਰੂਪ ਸੀ ਅਤੇ ਗੇਟ ਮੇਨ ਇਹਦੇ ਰੋਡ ਵੱਲ ਨੂੰ ਸੀ ਅਤੇ ਇਹਨਾਂ ਨੇ ਉਹ ਵੀ ਸਾਰਾ ਘੁੰਮਾ ਕੇ ਦੂਜੇ ਪਾਸੇ ਨੂੰ ਕਰਤਾ ਪਹਿਲਾਂ ਲੱਕੜ ਦਾ ਗੇਟ ਲੱਗਿਆ ਹੋਇਆ ਬੜਾ ਸਰੋਵਰ ਸਰੋਵਰ ਬਾਹਰ ਸੀ ਡਿਊਟੀ ਤੋਂ ਬੜਾ ਗੇਟ ਜਿਹੜਾ ਸੀ ਨਾ ਆਪਣਾ ਮੇਨ ਗੇਟ ਉਹ ਲੱਕੜ ਦਾ ਸੀ ਲੱਕੜ ਪੰਤਾਲੀ ਕੁ ਸਾਲ ਹੋ ਗਏ ਉਹ ਤੋਂ ਬਾਅਦ ਫਿਰ ਉਹਨੇ ਦੂਜੇ ਜਾਲੇ ਲੈ ਲਏ ਅੱਛਾ ਜਿਵੇਂ ਕਹਿ ਜਾਂਦਾ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਚੜ੍ਹ ਕੇ ਆਏ ਇੱਥੇ ਉਹਨਾਂ ਨੇ ਇੱਥੇ ਮਤਲਬ ਜਿਹੜੇ ਜਿਨ੍ਹਾਂ ਨੇ ਜ਼ੁਲਮ ਕੀਤੇ ਉਹਨਾਂ ਨੂੰ ਜ਼ਰੂਰ ਟਾਰਗੇਟ ਕੀਤਾ ਪਰ ਵੈਸੇ ਮੁਸਲਮਾਨ ਹੋਰ ਕਿਸੇ ਨਾ ਬਿਲਕੁਲ ਹੋਣਾ ਬੰਦਿਆਂ ਨੂੰ ਮੈਂ ਸਵਾਲ ਸੁਣ ਲਓ ਤੁਸੀਂ ਹਾਂਜੀ ਕੀ 47 ਦੇ ਟਾਈਮ ਵੀ ਠੀਕ ਰਿਹਾ ਸਾਰਾ ਕੁਝ ਫਿਰ 47 ਦੇ ਟਾਈਮ ਜਿਹੜੇ ਆਮ ਲੁੱਟੂ ਲੋਕ ਸੀ ਨਾ ਉਹਨੇ ਗਲਤ ਕੰਮ ਕਰਿਆ ਜਿਹੜੇ ਆਪਸ ਵਿੱਚ ਉਹਨਾਂ ਨੇ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਕੋਈ ਗਲਤੀ ਨਹੀਂ ਕੀਤੀ ਜਿਹੜੇ ਆਮ ਲੋਕ ਆ ਵੀ ਚੱਲ ਵੀ ਲੁੱਟ ਲਓ ਪਿੰਡ ਨੂੰ ਜੇ ਕੋਈ ਗਾਹਾਂ ਅੜ ਗਿਆ ਉਹਦੇ ਨਾਲ ਲੜਕੇ ਗਾਹਾਂ ਡੰਡਾ ਸੁੱਟੀ ਕਰ ਲਓ ਬਾਕੀ ਇਸ ਤਰ੍ਹਾਂ ਦਾ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋਈ 47 ਦੇ ਬਿਲਕੁਲ ਬਿਲਕੁਲ ਆਮ ਆਹ ਵੀ ਜਿਹੜੇ ਹੁਣ ਇਹ ਮੁਸਲਮਾਨਾਂ ਦੀ ਖੂਹ ਨਹੀਂ ਹੈ ਆਹਾਂ ਜਿੱਥੇ ਆਪਾਂ ਬੈਠੇ ਹਾਂ ਹਾਂਜੀ ਹਾਂ ਜਿਹੜੇ ਸਾਡੇ ਆਪਣੇ ਮਕਾਨ ਨੇ ਉਹ ਵੀ ਮੁਸਲਮਾਨਾਂ ਦੇ ਨੇ ਜੀ ਉਹ ਫਿਰ ਇੱਧਰੋਂ ਖਾਲੀ ਹੋ ਗਏ ਜੀ ਉਦੋਂ ਇਹਨਾਂ ਨੇ ਪਿੰਡ ਖਾਲੀ ਕਰਾ ਆਉਂਦੇ ਰਹੇ ਸਾਡੇ ਕੋਲ ਹੁਣ ਵੀ ਆਉਂਦੇ ਰਹੇ ਨੇ ਜੀ ਪਿਛਲੇ ਤੋਂ ਪਿਛਲੇ ਸਾਲ ਬੰਦਾ ਆਇਆ ਮੇਰੇ ਕੋਲ ਮੈਨੂੰ ਇੰਨਾ ਵੈਸੇ ਪਤਾ ਨਹੀਂ ਸੀ ਥੋੜ੍ਹੀ ਮੈਂ ਜ਼ਿਆਦਾ ਗਲਤੀ ਕਰ ਬੈਠਿਆ ਮੈਂ ਕਿਉਂਕਿ ਉਹ 8 ਕਿਲੋਮੀਟਰ ਦੇ ਦਾਇਰੇ ਤੋਂ ਬਾਹਰ ਨਹੀਂ ਜਾ ਸਕਦੇ ਮੇਰੇ ਕੋਲ ਬਲੈਰੋ ਗੱਡੀ ਸੀ ਆਹ ਮੈਨੂੰ ਕਹਿੰਦਾ ਅਰਜੀ ਕਹਿੰਦਾ ਯਾਰ ਇਹਨੂੰ ਖੰਨੇ ਲੈ ਕੇ ਜਾਣਾ ਬਲੈਰੋ ਗੱਡੀ ਨਵੀਂ ਨਵੀਂ ਕਢਾਈ ਸੀ ਮੈਨੂੰ ਇਹ ਪਤਾ ਨਹੀਂ ਸੀ ਮੈਂ ਵੀ ਇਹ ਤਾਂ ਵੀ ਹੁਣ ਤਾਂ ਹੁਣ ਪਤਾ ਲੱਗ ਗਿਆ ਨਾ ਵੀ ਇਹ ਸਿਸਟਮ ਤਾਂ ਸਾਡਾ ਬਹੁਤ ਖਲਤ ਹੈ NHC ਵੀ ਲੱਗ ਸਕਦੀ ਆ ਕਿਉਂਕਿ ਬਾਹਰਲੇ ਬੰਦੇ ਨੂੰ ਬਾਹਰ ਘੁੰਮਾ ਨਹੀਂ ਸਕਦੇ ਆਪਾਂ ਉਹ ਬੰਦੇ ਨੂੰ ਮੈਂ ਲੈ ਗਿਆ ਤਾਂ ਖੰਨੇ ਉਹ ਬੰਦੇ ਉੱਥੇ ਖੰਨੇ ਫਿਰ ਜਿਹੜੇ ਮਾਨਤਾ ਨਾ ਇਹ ਮਾਨਤਾ ਦੀ ਬਹੁਤ ਮਾਨਤਾ ਕਰਦੇ ਨੇ ਉੱਥੇ ਮਿਲਾ ਕੇ ਲਿਆ ਫਿਰ ਮੈਨੂੰ ਫਿਰ ਬਾਅਦ 'ਚ ਪਤਾ ਲੱਗਿਆ ਵੀ ਇਹ 8 ਕਿਲੋਮੀਟਰ ਦੇ ਦਾਇਰੇ ਤੋਂ ਨਾ ਬਾਹਰ ਨਹੀਂ ਜਾ ਸਕਦੇ ਤਾਂ ਹੁਣ ਤੁਸੀਂ ਕੀ ਦੇਖਦੇ ਹੋਗੇ ਸਾਰਾ ਕੁਛ ਮਤਲਬ ਤੁਸੀਂ ਜਿਵੇਂ ਕਹਿ ਰਹੇ ਸੀਗੇ ਕਿ ਫਰਕ ਪੈ ਰਿਹਾ ਅੱਗੇ ਨਾਲੋਂ ਜਿਹੜੇ ਨੌਜਵਾਨ ਨੇਗੇ ਪੱਗਾਂ ਜ਼ਿਆਦਾ ਬੰਨ ਰਹੇ ਨੇ ਉਹ ਤਾਂ ਤੁਸੀਂ ਇੱਕ ਰੈਫਰੈਂਸ ਕਹਿ ਰਹੇ ਸੀ ਮੈਂ ਵੈਸੇ ਪੁੱਛ ਰਿਹਾ ਮੈਂ ਜੋੜ ਮੇਲ ਦੇ ਹਿਸਾਬ ਨਾਲ ਜੋੜ ਮੇਲੇ ਦੇ ਹਿਸਾਬ ਨਾਲ ਜੋੜ ਕੇ ਪੁੱਛ ਰਿਹਾ ਕਿਵੇਂ ਦੇਖ ਰਹੇ ਹੋਗੇ ਹੁਣ ਨਵੀਂ ਪੀੜ੍ਹੀ ਕੋਈ ਜੁੜੂਗੀ ਜਾਂ ਤੁਹਾਨੂੰ ਅੱਗੇ ਡਿਜ਼ਾਸਟਰ ਦਿਖਦਾ ਖਤਮ ਆ ਖੇਡਾਂ ਜਾਂ ਤੁਹਾਨੂੰ ਲੱਗਦਾ ਨਹੀਂ ਆਪਣੀਆਂ ਜੜ੍ਹਾਂ ਵੱਲ ਆਪਣੇ ਇਤਿਹਾਸ ਵੱਲ ਆਪਣੇ ਧਰਮ ਵੱਲ ਆਪਣੀਆਂ ਗੱਲਾਂ ਵੱਲ ਕਨੈਕਟ ਹੋਣਗੇ
ਅਸਲ ਵਿੱਚ ਗੱਲ ਹੈ ਵੀ ਟਾਈਮ ਦੀ ਟਾਈਮ ਬੰਦਾ ਥੋੜ੍ਹਾ ਜਿਹਾ ਚੇਂਜ ਹੋ ਜਾਂਦਾ, ਪਰ ਲੌਂਗ ਰਨ ਆਪਾਂ ਨੂੰ ਲੌਂਗ ਰਨ ਚੇਂਜ ਹੋਣ ਦੀ ਲੋੜ ਆਪਾਂ ਨੂੰ। ਜੇ ਆਪਾਂ ਚਾਰ ਦਿਨ ਤੋਂ ਬਾਅਦ ਸੁਣ ਲਿਆ ਆਪਾਂ ਨੇ ਆਪਾਂ ਥੋੜ੍ਹੇ ਜਿਹੇ ਨਿਮਰਤ ਵਾਲੇ ਬਣ ਗਏ, ਚਾਰ ਦਿਨਾਂ ਦੇ ਬਾਅਦ ਆਪਣਾ ਕੋਈ ਉਹੀ ਰੂਪ ਹੋ ਗਿਆ, ਉਹ ਚੀਜ਼ ਨਹੀਂ ਹੋਣੀ ਚਾਹੀਦੀ, ਉਹ ਚੀਜ਼ ਹੈ ਵੀ ਨਹੀਂ। ਅੱਛਾ, ਦੂਸਰਾ ਤੁਸੀਂ ਬੱਚਿਆਂ ਵਾਲਾ ਵੀ ਕਹਿ ਰਹੇ ਸੀਗੇ ਵੀ ਬੇਟੀ ਆਈ ਉਹ ਰੋ ਰਹੀ ਸੀਗੀ, ਹੈ ਨਾ? ਹਾਂ। ਪਰ ਮਾਤਮ ਮਨਾਉਣ ਨੂੰ ਵੀ ਕਈ ਵਾਰ, ਜਿਵੇਂ ਹੁਣ ਸੀਐਮ ਨੇ ਪਿੱਛੇ ਜੇ ਕਹਿਤਾ ਸੀ ਉਹਨਾਂ ਨੇ ਆਪਣਾ ਫੈਸਲਾ ਵਾਪਸ ਲਿਆ ਗਾ, ਜਾਂ ਹੋਰ ਲੋਕ ਵੀ ਮਾਤਮ ਨਹੀਂ ਮਨਾਉਣਾ ਚਾਹੀਦਾ, ਨਹੀਂ ਮਨਾਉਣਾ ਚਾਹੀਦਾ, ਚੜ੍ਹਦੀ ਕਲੀ ਰਹਿ, ਸਿੱਖੀ 'ਚ ਤਾਂ ਚੜ੍ਹਦੀ ਕਲੀ। ਦੇਖੋ, ਇੱਕ ਹੋਰ ਚੀਜ਼ ਹੈ, ਅਸੀਂ ਲੋਕ ਕਹਿੰਦੇ ਹਾਂ ਵੀ ਇਕੱਲੀ ਦਾਲ ਬਣਾਉਣੀ ਚਾਹੀਦੀ ਹੈ, ਜਦੋਂ ਬੱਚਾ ਜਿੱਤ ਕੇ ਆਉਂਦਾ ਹੈ ਜਾਂ ਫਸਟ ਆਉਂਦਾ, ਆਪਾਂ ਕੀ ਬਣਾਉਂਦੇ ਹਾਂ? ਆਪਾਂ ਮਿੱਠੀ ਚੀਜ਼ ਬਣਾਉਂਦੇ ਹਾਂ ਆਪਾਂ। ਪਰ ਇੱਥੇ SGPC ਨੇ ਕਿਹਾ ਨਾ ਬਣਾਓ, ਨਾ ਗਾ, ਇਹ ਵੀ ਗਲਤ ਹੈ। ਪਰਮਜੀਤ ਸਿੰਘ ਖਾਲਸਾ ਕਹਿੰਦਾ ਵੀ ਤੁਸੀਂ ਇਹ ਕਿਉਂ ਕਹਿੰਦੇ ਹਾਂ ਤੁਸੀਂ ਵੀ ਉਹ ਤਾਂ ਬੰਦੇ ਜੰਗ ਜਿੱਤ ਕੇ ਆਏ ਨੇ ਖੁਸ਼ੀ 'ਚ, ਉਹ ਕਿਹੜਾ ਉਹਨਾਂ ਨੇ ਕੋਈ ਆਪਣਾ ਕੋਈ ਧਰਮ ਹੈ ਮਾਫ਼ੀ ਮੰਗੀ ਕੋਈ? ਨਾ, ਕੋਈ ਮਾਤਮ ਨਹੀਂ ਹੈ, ਬਿਲਕੁਲ ਉਹ ਆਪਣੀ ਕੁਰਬਾਨੀ ਦਿੱਤੀ ਹੈ, ਚੜ੍ਹਦੀ ਕਲਾ ਦੇ ਪ੍ਰਤੀਕ ਨੇ ਉਹ, ਕਿ ਆਪਣਾ ਬੱਚਾ ਜਿੱਤ ਕੇ ਆਉਂਦਾ ਫਸਟ ਆਉਂਦਾ ਕਲਾ 'ਚੋਂ, ਆਪਾਂ ਉਹਨੂੰ ਚੰਗੀ ਚੀਜ਼ਾਂ ਖਿਲਾਉਂਦੇ ਹਾਂ ਆਪਾਂ, ਇਹ ਨਹੀਂ ਵੀ ਦਾਲ ਫੁਲਕਾ ਜੋ ਮਰਜ਼ੀ ਖਿਲਾਓ ਕਹਿੰਦਾ, ਠੀਕ ਹੈ। ਅੱਛਾ, ਜੋਤੀ ਸਰੂਪ 'ਚ ਪਹਿਲਾਂ ਇੱਕ ਪੈੜਾਂ ਵੀ ਹੁੰਦੀਆਂ ਸੀ ਜਿਹੜੀਆਂ ਮੰਨਿਆ ਜਾਂਦਾ ਸੀ ਵੀ ਛੋਟੇ ਸਾਹਿਬਜ਼ਾਦਿਆਂ ਦੀਆਂ ਨੇ। ਹਾਂ, ਨਹੀਂ ਉਹ ਫਿਰ ਮਨਮਤ ਹੋ ਜਾਂਦੀ ਹੈ, ਜੇ ਉਹ ਚੀਜ਼ ਲੋਕਾਂ ਨੂੰ ਪਤਾ ਲੱਗ ਜਾਵੇ ਨਾ ਮਨਮਤ, ਫਿਰ ਲੋਕ ਉਸੇ ਚੀਜ਼ ਨੂੰ ਮੱਥਾ ਟੇਕਣ ਲੱਗ। ਪਰ ਸੀ ਉਦੋਂ ਲੋਕ ਟੇਕਦੇ ਸੀਗੇ? ਹਾਂ, ਟੇਕਦੇ। ਕਿੱਥੇ ਸੀ ਉਹ? ਕਿੱਥੇ? ਬੁਰਜ ਆਪਾਂ ਸਿਰੇ ਪਰ ਜਾ ਕੇ ਸੀ ਜੀ। ਦੱਸਿਓ ਮਾੜਾ ਜਿਹਾ ਕਿਵੇਂ, ਮਤਲਬ ਥੋੜ੍ਹਾ ਜਿਹਾ। ਉੱਥੇ ਮਤਲਬ ਕੋਈ ਪੌੜੀ ਨਹੀਂ ਸੀ, ਟੈਂਪਰੇਰੀ ਪੌੜੀ ਸੀ। ਜਿਵੇਂ ਆਪਾਂ ਬੁਰਜ ਨੂੰ ਲਾ ਲੈਂਦੇ ਨਾ ਅਲੱਗ ਜਿਹੀ ਪੌੜੀ ਕੋਈ, ਆਪਾਂ ਉਹ ਮਤਲਬ ਪੌੜੀ ਨਹੀਂ ਸੀ ਕੋਈ, ਉਹ ਕੋਈ ਮਤਲਬ ਬੁਰਜ ਦੇ ਉੱਪਰ ਚੜ੍ਹ ਗਿਆ, ਉੱਪਰ ਕੋਈ ਬੱਚਾ ਹੋਣਾ, ਆਪਾਂ ਤਾਂ ਹੁਣ ਇਸ ਚੀਜ਼ ਨੂੰ ਮੰਨਦੇ ਨਹੀਂ ਆਪਾਂ। ਪਰ ਉੱਥੇ ਉਹ ਬੁਰਜ 'ਚ ਕਿਹੜਾ ਬੁਰਜ ਹੈਗੀ ਜੀ? ਆਪਣੇ ਜੋਤੀ ਰੂਪ ਸਾਹਿਬ। ਅੱਛਾ ਅੱਛਾ, ਉਹ ਬੁਰਜ 'ਚ ਪੈੜਾਂ ਸੀ? ਹਾਂ, ਦੂਸਰੀ ਮੰਜ਼ਿਲ ਜੀ, ਬੱਚਿਆਂ ਦੀਆਂ ਪੈੜਾਂ। ਹਾਂ, ਉਹ ਤਾਂ ਫਿਰ ਲਾਸਟ ਵਿੱਚ ਸੀ ਸਿਰੇ ਪਰ, ਉੱਥੇ ਪੌੜੀ ਨਹੀਂ ਸੀ ਹੈ ਕੋਈ, ਪੌੜੀ ਨਾ ਟੈਂਪਰੇਰੀ ਲਾ ਕੇ, ਉਹ ਲੋਕਾਂ ਨੇ ਕਿਹਾ ਵੀ ਬੱਚਾ ਦਾ ਵੀ ਚੜ੍ਹੇ ਸਕਦਾ, ਬੱਚਾ ਚੜ੍ਹ ਨਹੀਂ ਸਕਦਾ, ਬੱਚਾ ਚੜ੍ਹ ਨਹੀਂ ਸਕਦਾ ਹੈਗਾ, ਜੇ ਤਾਂ ਪੌੜੀ ਹੋਵੇ ਤਾਂ ਬੱਚਾ ਚੜ੍ਹ ਜਾਊਗਾ, ਪਰ ਉੱਥੇ ਪੌੜੀ ਹੈ ਨਹੀਂ, ਮਤਲਬ ਉਹ ਚੀਜ਼ ਨੂੰ ਫਿਰ ਉਹਨਾਂ ਨੇ ਇਤਿਹਾਸ ਨਾਲ ਜੋੜ ਲਿਆ ਵੀ ਇਹ ਵੀ ਉਹੀ ਨੇ। ਫਿਰ ਉਹ ਬੁਰਜੀ ਢਾਤਾ ਸੀ? ਢਾਤਾ ਜੀ। ਜਿਹੜੇ ਹੋਰ ਗੁਰਦੁਆਰਾ ਸਾਹਿਬ ਨੇ ਇੱਥੇ ਜਾਂ ਹੋਰ ਥਾਵਾਂ ਨੇ ਉਹਨਾਂ ਬਾਰੇ ਦੱਸੋ ਥੋੜ੍ਹਾ ਜਿਹਾ। ਦੋ ਤਾਂ ਇਹ ਮੇਨ ਹੋ ਗਈਆਂ, ਬਠਿੰਡਾ ਬੁਰਜ ਹੋ ਗਿਆ, ਗੁਰਦੁਆਰਾ ਸਾਹਿਬ ਮੇਨ ਹੋ ਗਿਆ, ਜੋਤੀ ਸਰੂਪ ਹੋ ਗਿਆ, ਇਹ ਤੋਂ ਬਿਨਾਂ ਬਾਕੀ ਥਾਵਾਂ ਕਿਵੇਂ ਸੀਗੀਆਂ ਜਿਹੜੀਆਂ? ਇੱਕ ਆਪਣਾ ਗੁਰਦੁਆਰਾ ਆਪਣਾ ਸ਼ੀਸਗੰਜ ਹੈ ਜੀ, ਇੱਕ ਉਹਦੇ ਨਾਲ ਛੇਵੀਂ ਪਾਤਸ਼ਾਹੀ ਦਾ, ਉਹ ਜਿਹੜਾ ਛੇਵੀਂ ਪਾਤਸ਼ਾਹ ਵਾਲੇ ਗੁਰਦੁਆਰਾ ਉਹ ਐਕਚੁਅਲ ਹੈ ਨਹੀਂ, ਇਹ ਬਾਬਾ ਜੀ ਜਿਹੜੇ ਆਪਣੇ ਤੇਰੇ ਸੁਨਿਆਰਿਆਂ ਦੀ ਆ ਉਹਨਾਂ ਦੀ ਸਵਾਤ ਹੀ, ਉਹ ਉੱਥੇ ਇਹਨੇ ਛੇਵੀਂ ਪਾਤਸ਼ਾਹ ਗੁਰਦੁਆਰਾ ਬਣਾ ਦਿੱਤਾ, ਥੜਾ ਬਣਾਇਆ ਹੋਇਆ ਸੀ, ਆਪਣੇ ਅੱਖੀ ਦੇਖਣ ਦੀ ਗੱਲ ਹੈ, ਉੱਥੇ ਵੀ ਇਹਨਾਂ ਨੇ ਗੁਰਦੁਆਰਾ ਸਾਹਿਬ ਬਣਾ ਦਿੱਤਾ। SGPC ਨੇ ਵੀ ਕਰੋ ਮਾਇਆ ਇਕੱਠੀ, ਸਾਰਾ ਮੇਰੇ ਖਿਆਲ ਪੰਜਾਹ ਮਿੰਟ ਦੇ ਵਿੱਚ ਹੈ ਨਹੀਂ, ਇੰਨੀ ਹੈ ਨਹੀਂ, 50 ਮਿੰਟ ਦੇ ਵਿੱਚ ਇੱਕ ਇੱਧਰ ਗੁਰਦੁਆਰਾ, ਇੱਕ ਗੁਰਦੁਆਰਾ, ਐਕਚੁਅਲ ਉਹ ਸੁਨਿਆਰਾਂ ਦਾ ਕੋਈ ਸੰਸਕਾਰ ਕੀਤਾ ਹੋਣਾ, ਉਹਦਾ ਥੜਾ ਸੀ, ਇਸ ਤਰ੍ਹਾਂ ਇੱਕ ਜੋਤੀ ਰੂਪ ਸਾਹਿਬ ਸੀ, ਨਾਜਰਾਂ ਦਾ ਕੋਈ ਚੜ੍ਹਾਈ ਕੀਤਾ ਸੀ, ਉਹਨਾਂ ਦਾ ਥੜਾ ਬਣਾ ਤਾ ਉਹਨੇ, ਉਹ ਤਾਂ ਹੁਣ ਖਤਮ ਕਰਤਾ ਹੁਣੇ, ਉਹ ਤਾਂ ਹੁਣ ਪਹਿਲਾਂ ਪਾਲਕੀ ਸਾਹਿਬ ਉੱਥੇ ਉਹਦੇ ਉੱਪਰ ਉਤਰਦੇ ਹੁੰਦੇ ਸੀ, ਉੱਥੇ ਉੱਤਰ। ਤਾਂ ਇਹ ਜਿਹੜਾ ਆਪਣੀ ਜਿਵੇਂ ਆਪਾਂ ਆਖਰੀ 3 ਦਿਨ ਹੁੰਦੇ ਨੇ, ਜਿਵੇਂ ਲਾਸਟ ਦਿਨ ਆਪਣਾ ਨਗਰ ਕੀਰਤਨ ਵੀ ਨਿਕਲਦਾ, ਉਹ ਸਾਰਾ ਕੁਛ, ਇਹਦਾ ਸਰੂਪ ਵੀ ਬਦਲਿਆ ਹੈਗਾ ਉਦੋਂ ਜਾਂ ਉਹੀ ਰਵਾਇਤੀ ਕੁਛ ਹੋਰ ਸੀ, ਹੁਣ ਹੋਰ ਆ ਜਾਂ ਉਵੇਂ ਸੀਗਾ? ਇਹਦੇ ਨਾਲ ਜੀ ਜਿਵੇਂ ਪਹਿਲਾਂ ਤੁਸੀਂ ਕਹਿੰਦੇ ਸਭਾ ਹੁੰਦੀ ਸੀ ਇਕੱਲੀ, ਮਹਾਰਾਜਾ ਪਟਿਆਲੇ ਨੇ ਕੋਸ਼ਿਸ਼ ਕਰਕੇ ਇਹਨੂੰ ਇੱਕ ਮੇਲੇ ਦਾ ਰੂਪ ਦਿੱਤਾ, ਯਾਨੀ ਲੋਕ ਆਉਣ ਵੱਧ ਤੋਂ ਵੱਧ ਇੱਥੇ ਜੁੜਨ,
ਹੁਣ ਇਹਦੇ ਤੇ ਵੀ ਰੌਲਾ ਪੈ ਜਾਂਦਾ ਵੀ ਜੋੜ ਮੇਲ ਸ਼ਬਦ ਆ ਜਾਂ ਜੋੜ ਮੇਲਾ? ਨਹੀਂ ਨਹੀਂ ਜੋੜ ਮੇਲ, ਜੋੜ ਮੇਲ, ਮੇਲ ਤੋਂ ਹੀ ਮੇਲਾ ਬਣਿਆ ਹੋਇਆ ਬੇਸਿਕਲੀ, ਮੇਲਾ ਸ਼ਬਦ ਮੇਲ ਤੋਂ ਹੀ ਬਣਿਆ ਹੋਇਆ, ਉਹ ਸ਼ਬਦਾਂ ਤੇ ਕਈ ਵਾਰ ਰੌਲਾ ਪੈ ਜਾਂਦਾ, ਅਸਲ ਚ ਤਾਂ ਮੇਲਾ ਸ਼ਬਦ ਮੇਲ ਤੋਂ ਹੀ ਬਣਿਆ ਹੋਇਆ, ਮੇਲ ਤੋਂ ਬਣਿਆ, ਜਿੱਥੇ ਮੇਲ ਹੁੰਦਾ ਲੋਕਾਂ ਦਾ ਉਹਨੂੰ ਮੇਲਾ ਕਹਿਣ ਲੱਗੇ। ਜਦੋਂ ਆਪਾਂ ਗੱਲੇ ਚੜ੍ਹਦੀ ਕਲਾ ਦੀਆਂ ਕਰਨੀਆਂ ਨੇਗੀਆਂ ਉੱਥੇ, ਤਾਂ ਫਿਰ ਉਹ ਮੇਲਾ ਵੀ ਹੋਊਗਾ ਤਾਂ ਕੀ ਪ੍ਰੋਬਲਮ ਆ? ਨਹੀਂ ਉੱਥੇ ਪ੍ਰੋਬਲਮ ਮੇਨ ਇਹ ਹੋ ਗਈ ਨਾ, ਹੁਣ ਲੋਕਾਂ ਨੇ ਵਿੱਚ ਐਂਟਰੀ ਕਰਨ ਦੀ ਬਜਾਏ ਇੱਕ ਨਵੀਂ ਪ੍ਰੀਤ ਸ਼ੁਰੂ ਕਰ ਲਈ ਇਹਨਾਂ ਨੇ ਵੀ ਝਾੜੂ ਨਾਲ ਸੇਵਾ ਕਰਨੀ ਆ, ਵੀ ਅੰਦਰ ਕਿਵੇਂ ਐਂਟਰ ਹੋਣਾ ਗੁਰਦੁਆਰਾ ਜੀ ਆਪਣੇ ਨਗਰ ਕੀਰਤਨ, ਨਗਰ ਕੀਰਤਨ ਉਹਨਾਂ ਨੇ ਮਤਲਬ ਐਂਟਰ ਹੋਣ ਦੀ ਬਜਾਏ ਮੇਰਾ ਖਿਆਲ ਹਜ਼ਾਰਾਂ ਹੀ ਝਾੜੂ ਆਉਂਦੇ ਨੇ ਸਰ, ਫਾਰਮੈਲਿਟੀ ਦੇਖੋ ਇਹ ਵੀ ਟਰੱਕ 'ਚ ਤੁਸੀਂ ਕਿਹੜਾ ਟਰੱਕ ਭਰ ਕੇ ਆਉਂਦਾ ਹੈ ਬਾਅਦ? ਹਾਂ ਬਾਅਦ 'ਚ ਜਦੋਂ ਜਾਣਾ ਇਹਨਾਂ ਨੇ ਜੋਤੀ ਰੂਪ ਸਾਹਿਬ ਜਾਣਾ ਗੇਰਨ ਲੰਘ ਜਾਣਾ ਸਿਰਫ ਅੱਗੇ ਜਾ ਕੇ ਜਾਣ ਤੱਕ ਮਤਲਬ ਬਸ ਹੁਣ ਇਹ ਆ ਵੀ ਅੱਗੇ ਵਿੱਚ ਕਿਵੇਂ ਐਂਟਰੀ ਕਰਨੀ ਆ ਜੀ, ਉਹ ਕਈ ਸਾਲਾਂ ਤੋਂ ਵਕੀਲ ਸਾਹਿਬ ਵੀ ਬੜੇ ਰੌਲਾ ਪਾ ਰਹੇ ਨੇ, ਬਥੇਰਾ ਕਹਿ ਰਹੇ ਨੇ, ਪਰ ਇਹਨਾਂ ਦੇ ਕੰਨ 'ਤੇ ਜੂ ਨਹੀਂ ਸਰਕੇ ਹੈਗੀ। ਅਸੀਂ ਵੀ ਜ਼ੋਰ ਲਾਉਂਦੇ ਹਾਂ ਵੀ ਯਾਰ ਸਫਾਈ ਤਾਂ ਦੋ ਬੰਦੇ ਕਰ ਸਕਦੇ ਨੇ, ਤੁਸੀਂ ਇੱਥੋਂ ਲੈ ਕੇ ਮੇਰੇ ਖਿਆਲ 100 ਮੀਟਰ ਤੱਕ ਝਾੜੂ ਝਾੜੂ ਆ, ਉਹਦੇ ਨਾਲ ਲੋਕਾਂ ਨੂੰ ਨੁਕਸਾਨ ਆਉਂਦਾ ਨਾ ਕਿ ਉਹਦਾ ਫਾਇਦਾ, ਜਦੋਂ ਗਰਦ ਸੰਗਤ ਪਰ ਪੈਂਦੀ ਹੈ ਨੁਕਸਾਨ ਤਾਂ ਹੋਣਾ ਹੀ ਹੋਣਾ। ਉਹ ਚੀਜ਼ ਕਈ ਸਾਲ ਤੋਂ ਅਸੀਂ ਵਕੀਲ ਸਾਹਿਬ ਵੀ ਕਹਿ ਰਹੇ ਨੇ ਵੀ ਬੰਦ ਹੋਣੀ ਚਾਹੀਦੀ ਹੈ, ਪਰ ਕਿਸੇ ਮੱਥੇ ਜੂ ਨਹੀਂ ਸਨ, ਕੋਈ ਫਰਕ ਨਹੀਂ ਆਇਆ। ਤਾਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਗਵਾਹ ਨੇ ਉਹ ਸਾਲਾਂ ਦੇ ਜਿਹੜੇ ਸਾਲਾਂ 'ਚ ਜਿਹੜੀਆਂ ਸਾਡੀਆਂ ਇਤਿਹਾਸਿਕ ਥਾਵਾਂ ਨੇ ਉਹ ਹੂਬਹੂ ਸੀ, ਯਾਨੀ ਉਹ ਜਿਵੇਂ ਸੀ ਇਤਿਹਾਸ 'ਚ ਉਵੇਂ ਸੀ, ਹੌਲੀ ਹੌਲੀ ਉਹਨਾਂ ਦਾ ਸਰੂਪ ਬਦਲਦਾ ਗਿਆ। ਇਹਨੂੰ ਲੈ ਕੇ ਬਹੁਤ ਸਾਰੇ ਸਵਾਲ ਵੀ ਖੜ੍ਹੇ ਹੋਏ ਕਿ ਕਿਉਂ ਇਤਿਹਾਸ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਜਾਂ ਇਤਿਹਾਸ ਦੀਆਂ ਥਾਵਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਪਰ ਆਪਣੇ ਆਪ 'ਚ ਇਹ ਬੜਾ ਅਹਿਮ ਆ ਕਿ ਇਸ ਤਰ੍ਹਾਂ ਦੀਆਂ ਗਵਾਹੀਆਂ ਦੇ ਜ਼ਰੀਏ ਅਸੀਂ ਜਾਣ ਸਕਦੇ ਹਾਂ ਕਿ ਅਸੀਂ ਕੌਣ ਸੀ ਅਤੇ ਕੌਣ ਹੋ ਗਏ ਹਾਂ।